ਕਿ ਅੰਗਦ ਗੁਰੂ ਅਮਰਦਾਸ ਭਗਵੰਦ ਰਾਮਦਾਸ ਅਰਜਨ ਗੁਰੂ ਪਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸਮੈਂ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਸਦਾ ਹੀ ਇੱਜ਼ਤ ਪੱਤ ਰੱਖਣ ਵਾਲੇ ਦਿਆਲੂ ਕਿਰਪਾਲੂ ਲੋਕ ਪਰਲੋਕ ਵਿੱਚ ਸਹਾਈ ਹੋਣ ਵਾਲੇ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੇ ਪਿਆਰ ਦੇ ਨਾਲ ਦੋਵੇਂ ਹੱਥ ਜੋੜ ਕੇ ਸਾਵਧਾਨ ਹੋ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 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 ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏ ਮਾਨ ਸਤਿਗੁਰਾਂ ਦੀ ਪਿਆਰੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਬੜੇ ਪਿਆਰ ਦੇ ਨਾਲ ਸਤਿਗੁਰਾਂ ਦੀ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋ ਭਾਈ ਸਾਹਿਬ ਜੀ ਨੇ ਆਪ ਜੀ ਨੂੰ ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਬੜੇ ਪਿਆਰ ਦੇ ਸਹਿਤ ਸਰਵਣ ਕਰਾਇਆ ਹੈ ਜਿੱਥੇ ਆਪ ਸਭ ਸੰਗਤਾਂ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ ਭਾਈ ਸੰਦੀਪ ਸਿੰਘ ਜੀ UK ਤੋਂ ਉਹ ਪਰਿਵਾਰ ਸਮੇਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਾਜ਼ਰੀ ਵਿੱਚ ਸੱਜੇ ਹਨ ਸਤਿਕਾਰਯੋਗ ਬੀਬੀ ਪਰਮਜੀਤ ਕੌਰ ਜੀ ਇਟਲੀ ਤੋਂ ਉਹ ਵੀ ਪਰਿਵਾਰ ਸਮੇਤ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਆਏ ਹੈ ਕੋਈ ਨਾ ਕੋਈ ਸਾਧ ਸੰਗਤ ਜੀ ਬੰਦੇ ਨੂੰ ਅੰਦਰੋਂ ਪ੍ਰੇਰਣਾ ਮਿਲਦੀ ਹੈ ਫਿਰ ਬੰਦਾ ਪਹੁੰਚਦਾ ਹੈ ਨਹੀਂ ਤਾਂ ਇਸ ਭੀੜ ਭੜੱਕੇ ਦੇ ਏਰੀਏ ਦੇ ਵਿੱਚ ਕਿੱਥੇ ਕਿਸੇ ਕੋਲ ਸਮਾਂ ਹੈਗਾ ਜੀ ਇੱਥੇ ਆ ਕੇ ਚੇਤਾ ਕਿਸੇ ਨੂੰ ਲੱਭੇ ਜੀ ਲੱਭ ਕੇ ਗੁਰੂ ਘਰ 'ਤੇ ਆ ਕੇ ਫਿਰ ਚੁੱਪ ਕਰਕੇ ਸਾਹਮਣੇ ਬਹਿ ਜੇ ਇਹ ਉਹੋ ਹੀ ਕੰਮ ਕਰ ਸਕਦਾ ਜਿਹਦੇ ਉੱਤੇ ਗੁਰੂ ਸਾਹਿਬ ਦੀ ਕਿਰਪਾ ਹੋਵੇ ਜੀ ਮਹਾਰਾਜ ਨੇ ਇਹਨਾਂ ਨੂੰ ਕੋਈ ਪ੍ਰੇਰਣਾ ਬਖਸ਼ਿਸ਼ ਕੀਤੀ ਬਲ ਬਖਸ਼ਿਸ਼ ਕੀਤਾ ਇਹ ਆਪ ਵੀ ਆਏ ਹੈ ਆਪਣੇ ਨਾਲ ਆਪਣੇ ਪਰਿਵਾਰਾਂ ਨੂੰ ਵੀ ਲੈ ਕੇ ਆਏ ਹਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਬਹੁਤ ਬਹੁਤ ਕਿਰਪਾ ਕਰਨ ਰਹਿਮਤਾਂ ਕਰਨ ਬਖਸ਼ਿਸ਼ਾਂ ਕਰਨ ਆਓ ਸਾਰੀ ਸੰਗਤ ਜੋੜੋ ਪਿਆਰ ਨਾਲ ਦੋਵੇਂ ਹੱਥ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਸੰਗਤ ਪਿਆਰ ਦੇ ਨਾਲ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦਾ ਜਸ ਬਹੁਤ ਵੱਡਾ ਹੈ ਬਹੁਤ ਵੱਡਾ ਗੁਰੂ ਜੀ ਦੀ ਵਡਿਆਈ ਬਹੁਤ ਵੱਡੀ ਹੈ ਸਤਿਗੁਰੂ ਜੀ ਦੇ ਕੀਤੇ ਹੋਏ ਕੌਤਕਾਂ ਦੇ ਵਿੱਚੋਂ ਕੱਲ੍ਹ ਆਪ ਜੀ ਨੇ ਸੱਚੇ ਸੌਦੇ ਦਾ ਪ੍ਰਸੰਗ ਸਰਵਣ ਕੀਤਾ ਜੀ
ਮੈਨੂੰ ਗੁਰਮੁਖ ਪਿਆਰੇ ਸਵੇਰੇ ਕਮਰੇ ਵਿੱਚ ਕਹਿਣ ਲੱਗੇ ਵੀ ਬੜੀ ਅਗਾਧ ਬੋਧ ਗੱਲ ਹੈ, ਸੁਣਿਆ ਤੇ ਬਹੁਤ ਵਾਰ ਸੀ ਵੀ 20 ਰੁਪਈਏ ਦਿੱਤੇ ਤੇ ਪੂੜੀ ਛੋਲੇ ਖਵਾ ਦਿੱਤੇ, ਪਰ ਮਹਾਰਾਜ ਨੇ ਇਸ ਤਰੀਕੇ ਨਾਲ ਸੱਚਾ ਸੌਦਾ ਕੀਤਾ ਇਹ ਨਹੀਂ ਸੀ ਪਤਾ। ਬਹੁਤ ਵੱਡੀ ਗਿਣਤੀ ਵਿੱਚ ਰਾਸ਼ਨ ਮਹਾਰਾਜ ਉਹਨਾਂ ਨੂੰ ਦੇ ਕੇ ਆਏ, ਰਸਦਾਂ ਦੇ ਕੇ ਆਏ ਤੇ ਗੱਡਿਆਂ ਦੇ ਉੱਤੇ ਸਮਾਨ ਲੱਦ ਕੇ ਲੈ ਕੇ ਆਏ ਜੀ, ਤੇ ਫਿਰ ਜਾ ਕੇ ਸਾਧ ਸੰਗਤ ਜੀ ਉਹਨਾਂ ਨੂੰ ਉਹ ਸਾਰਾ ਸਮਾਨ ਵਸਤੂਆਂ ਗੁਰੂ ਸਾਹਿਬ ਨੇ ਦਿੱਤੀਆਂ, ਇਹ ਸਾਰਾ ਪ੍ਰਸੰਗ ਤੁਸੀਂ ਸਰਵਣ ਕੀਤਾ, ਨਾਲੇ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਰਸਦਾਂ ਦੀ ਉਹਨਾਂ ਨੇ ਖੀਰ ਬਣਾਈ, ਉਹ ਵੀ ਕੱਲ ਆਪ ਜੀ ਨੇ ਬੜੇ ਪਿਆਰ ਦੇ ਨਾਲ ਛਕੀ ਦੀ। ਗੁਰੂ ਸਾਹਿਬ ਬੜੇ ਵੱਡੇ ਭਾਗ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੇ ਹੈ। ਜਦੋਂ ਕਥਾ ਦਾ ਭੋਗ ਪਿਆ ਸੀ ਨਾ ਜੀ, ਤੇ ਉਦੋਂ ਹਜ਼ੂਰ ਸਾਹਿਬ ਤੋਂ ਆਏ ਸਨ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ, ਉਹ ਕਹਿੰਦੇ ਸਨ ਵੀ ਸਾਡੇ ਵਿਦਿਆ ਗੁਰੂ ਮਹਾਂਪੁਰਸ਼ ਬਾਬਾ ਜਗਜੀਤ ਸਿੰਘ ਜੀ, ਕਹਿੰਦੇ ਉਹ ਸਾਨੂੰ ਇਹ ਗੱਲ ਸੁਣਾਉਂਦੇ ਸੀਗੇ ਇਸ ਗ੍ਰੰਥ ਦੀ ਜਿੱਥੇ ਕਥਾ ਚੱਲਦੀ ਹੋਏਗੀ ਨਾ ਜੀ, ਜਿਹੋ ਜਿਹਾ ਪ੍ਰਸੰਗ ਹੋਏਗਾ ਉਹੋ ਜਿਹਾ ਮਾਹੌਲ ਆਪੇ ਹੀ ਬਣ ਜਾਏਗਾ, ਕਹਿੰਦੇ ਆਪੇ ਹੀ ਬਣ ਜਾਏਗਾ। ਜੇ ਜੰਗ ਯੁੱਧ ਦੀ ਕਥਾ ਤੇ ਜੰਗ ਯੁੱਧ ਦਾ ਮਾਹੌਲ ਬਣ ਜਾਏਗਾ ਜੀ, ਜੇ ਪ੍ਰੇਮ ਵਾਲੀ ਕਥਾ ਤੇ ਪ੍ਰੇਮ ਵਾਲਾ ਮਾਹੌਲ ਬਣ ਜਾਏਗਾ, ਜੈਸੀ ਕਥਾ ਹੋਏਗੀ ਵੈਸਾ ਮਾਹੌਲ ਬਣ ਜਾਏਗਾ ਜੀ। ਸੋ ਆਪ ਜੀ ਨੇ ਸਰਵਣ ਕੀਤਾ, ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਭੁੱਖੇ ਸਾਧੂਆਂ ਨੂੰ ਪ੍ਰਸ਼ਾਦਾ ਛਕਾ ਕੇ ਰਜਾ ਦਿੱਤਾ ਜੀ, ਖੁੱਲੀਆਂ ਰਸਦਾਂ ਦਿੱਤੀਆਂ। ਉਹਦੇ ਸੰਤ ਰੇਨ ਦੇ ਚੇਲਿਆਂ ਨੇ ਪੁੱਛਿਆ ਵੀ ਤੁਸੀਂ ਇਹਨਾਂ ਨੂੰ ਛੇਤੀ ਆਗਿਆ ਦੇ ਦਿੱਤੀ, ਤੇ ਸੰਤ ਰੇਨ ਨੇ ਆਪਣੇ ਚੇਲਿਆਂ ਨੂੰ ਆਖਿਆ ਮੇਰੇ ਬੱਚਿਓ ਇਹ ਆਪ ਪਰਮੇਸ਼ਰ ਸਨ ਤੇ ਇਹਨਾਂ ਦਾ ਤੇਜ ਪ੍ਰਤਾਪ ਬਹੁਤ ਜ਼ਿਆਦਾ, ਤੇਜ ਪ੍ਰਤਾਪ ਮੈਂ ਝੱਲ ਨਹੀਂ ਸੀ ਸਕਦਾ, ਇਸ ਕਰਕੇ ਮੈਂ ਉਹਨਾਂ ਨੂੰ ਛੇਤੀ ਕਿਹਾ ਵੀ ਤੁਸੀਂ ਜਾ ਕੇ ਆਪਣਾ ਕੰਮ ਕਾਰ ਕਰੋ। ਹੁਣ ਵੇਖ ਲਓ ਜਿਹਨੂੰ ਸੰਗਤ ਜੀ ਸਮਝ ਹੈ ਉਹ ਪੂਰੀ ਗੱਲ ਧਿਆਨ ਵਿੱਚ ਰੱਖ ਰਹੇ ਹੈ, ਇਹਨਾਂ ਦੇ ਕੋਲੋਂ ਸੇਵਾ ਕਰਾਉਣੀ ਸਾਡੇ ਏਡੇ ਵੱਡੇ ਭਾਗ ਨਹੀਂ ਹੈਗੇ। ਸੰਤ ਰੇਨ ਨੇ ਆਪਣੇ ਚੇਲਿਆਂ ਨੂੰ ਸਮਝਾਇਆ ਵੀ ਇਹਨਾਂ ਕੋਲੋਂ ਸੇਵਾ ਕਰਾਉਣੀ ਸਾਡੇ ਏਡੇ ਵੱਡੇ ਭਾਗ ਨਹੀਂ ਹੈਗੇ, ਇਸ ਕਰਕੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਜਾਓ। ਜਦੋਂ ਮਹਾਰਾਜ ਤਲਵੰਡੀ ਵਿੱਚ ਪਹੁੰਚੇ ਹੈ ਤੇ ਤਲਵੰਡੀ ਦੇ ਬਾਹਰ ਹੀ ਵਿਚਾਰਾਂ ਕਰਦੇ ਵੀ ਬਾਲਿਆ ਆਪਣੇ ਕੋਲ ਕੀ ਕੰਮ ਹੋ ਗਿਆ ਹੈ, 20 ਰੁਪਈਏ ਪਿਤਾ ਜੀ ਨੇ ਦਿੱਤੇ ਹੈ ਉਹ ਹੁਣ ਪਿਤਾ ਜੀ ਨੂੰ ਅਸੀਂ ਮੋੜ ਨਹੀਂ ਸਕਦੇ, ਉਹਨਾਂ ਨੇ ਤਾੜਨਾ ਕਰਨੀ ਹੈ। ਭਾਈ ਬਾਲਾ ਜੀ ਕਹਿੰਦੇ ਮਹਾਰਾਜ ਮੈਨੂੰ ਉਹਨਾਂ ਵਿੱਚ ਹਿੱਸੇਦਾਰ ਬਣਾਇਓ, ਮੈਂ ਪਹਿਲਾਂ ਰੋਕਿਆ ਸੀਗਾ ਤੁਹਾਨੂੰ। ਇਹ ਸਾਰੀ ਗੱਲ ਤੁਸੀਂ ਕੱਲ੍ਹ ਸਰਵਣ ਕੀਤੀ। ਭਾਈ ਬਾਲਾ ਜੀ ਆਪਣੇ ਘਰ ਵਿੱਚ ਚਲੇ ਗਏ, ਮਹਿਤਾ ਕਾਲੂ ਜੀ ਨੇ ਪਿਤਾ ਜੀ ਨੇ ਭਾਈ ਬਾਲਾ ਜੀ ਨੂੰ ਘਰੋਂ ਸੱਦਾ ਦਵਾਇਆ ਜੀ। ਉਹ ਮਹਿਤਾ ਕਾਲੂ ਜੀ ਕੋਲ ਪਹੁੰਚੇ ਹੈ, ਪੁੱਛਿਆ ਪੁੱਤ ਨਾਨਕ ਕਿੱਥੇ ਹੈ, ਕਹਿੰਦੇ ਜੀ ਮੈਨੂੰ ਨਹੀਂ ਪਤਾ ਕਿੱਥੇ ਹੈ। ਜਦੋਂ ਮੈਂ ਵੇਖਿਆ ਸੁੱਕੇ ਤਲਾਬ ਦੇ ਕੰਢੇ ਤੇ ਬੈਠੇ ਸੀਗੇ, ਹੋ ਸਕਦਾ ਉੱਥੇ ਆਉਣ ਜੀ, ਤੇ ਮਹਾਰਾਜ ਸੱਚੇ ਪਾਤਸ਼ਾਹ ਸੁੱਕੇ ਤਲਾਬ ਦੇ ਬੈਠੇ ਹੈ, ਨੇਤਰ ਬੰਦ ਨੇ, ਧਿਆਨ ਵਾਹਿਗੁਰੂ ਵਿੱਚ ਜੋੜਤਾ ਜੀ, ਜੋੜਿਆ ਹੋਇਆ। ਇੱਕ ਗੱਲ ਪੱਕੀ ਰੱਖਣੀ ਹੈ, ਕਥਾ ਆਪ ਜੀ ਹਰ ਰੋਜ਼ ਸੁਣਦੇ ਹੋ, ਬੜੇ ਪਿਆਰ ਨਾਲ ਸੁਣਦੇ ਹੋ, ਇੱਕ ਗੱਲ ਪੱਕੀ ਆਪਣੇ ਹਿਰਦੇ 'ਚ ਰੱਖ ਲਓ, ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਤਾਰਨ ਵਾਸਤੇ ਆਏ ਹੈ ਜੀ। ਕੋਈ ਕਿਸੇ ਵੀ ਬਹਾਨੇ ਨਾਲ ਗੁਰੂ ਸਾਹਿਬ ਨੂੰ ਮਿਲਿਆ ਨਾ ਜੀ, ਮਹਾਰਾਜ ਸੱਚੇ ਪਾਤਸ਼ਾਹ ਨੇ ਤਾਰਿਆ ਉਹਨੂੰ ਜੀ। ਗੁਰੂ ਨਾਨਕ ਸਾਹਿਬ ਕੀ ਕਰਨ ਆਏ ਹੈ, ਤਾਰਨ ਆਏ ਹੈ। ਕੋਈ ਕਿਸੇ ਬਹਾਨੇ ਨਾਲ ਵੀ ਮਹਾਰਾਜ ਨੂੰ ਮਿਲਿਆ, ਸਤਿਗੁਰੂ ਜੀ ਨੇ ਉਹਨੂੰ ਤਾਰਿਆ, ਤੇ ਆਪਣੇ ਵੱਡੇ ਭਾਗ ਸਮਝਿਆ ਕਰੋ, ਸਾਨੂੰ ਗੁਰੂ ਨਾਨਕ ਦੇਵ ਜੀ ਦੇ ਸਿੱਖ ਹੋਣ ਦਾ ਮੌਕਾ ਮਿਲਿਆ ਹੈ ਜੀ। ਭਾਵੇਂ ਕਿ ਗੁਰੂ ਸਾਹਿਬ ਦੀ ਸਿੱਖੀ ਬਹੁਤ ਉੱਚੀ ਹੈ, ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੋ ਜਿਹਾ ਸਿੱਖ ਹੁੰਦਾ ਹੈ ਉਹੋ ਜਿਹਾ ਬਣਨਾ ਸਾਡੇ ਬਸ ਦੀ ਗੱਲ ਨਹੀਂ ਹੈਗੀ ਜੀ। ਸਤਿਗੁਰੂ ਜੀ ਦਾ ਸਿੱਖ ਬੜੀ ਵੱਡੀ ਅਵਸਥਾ ਦਾ ਮਾਲਕ ਹੁੰਦਾ ਹੈ, ਤੇ ਮਹਾਰਾਜ ਦੇ ਸਿੱਖ ਅਖਵਾਉਂਦੇ ਹਾਂ, ਤੇ ਭਰੋਸਾ ਰੱਖਿਆ ਕਰੋ, ਗੁਰੂ ਨਾਨਕ ਸਾਹਿਬ ਤਾਰਨ ਆਏ ਹੈ, ਸਾਡੇ ਤੇ ਵੀ ਕਿਰਪਾ ਕਰਨਗੇ, ਸਾਨੂੰ ਵੀ ਤਾਰਨਗੇ, ਮਹਾਰਾਜ ਤਾਰਨਗੇ ਸੱਚੇ ਪਾਤਸ਼ਾਹ। ਹੁਣ ਅੱਗੋਂ ਸਰਵਣ ਕਰੋ, ਪਿਤਾ ਮਹਿਤਾ ਕਾਲੂ ਜੀ ਸਾਧ ਸੰਗਤ ਜੀ ਜਦੋਂ ਸੁਣਿਆ
ਵੀ 20 ਰੁਪਈਏ ਸੰਤਾਂ ਨੂੰ ਭੋਜਨ ਛਕਾ ਦਿੱਤਾ, ਸੰਤਾਂ ਨੂੰ ਦੇ ਦਿੱਤੇ, ਇੱਕ ਵੀ ਰੁਪਈਆ ਨਹੀਂ ਬਚਾਇਆ। ਉਹ ਬੜੇ ਕ੍ਰੋਧ ਵਿੱਚ ਆਏ ਹੈ। ਸੱਚਾ ਸੌਦਾ ਕਰਨਾ ਆਸਾਨ ਨਹੀਂ ਹੈ। ਸੱਚਾ ਸੌਦਾ ਕਰਨ ਪਿੱਛੇ ਬਹੁਤ ਕੁਝ ਕਰੜੀ ਸਾਧਨਾ ਵੀ ਹੈ। ਬੜੇ ਕਬੂਲ ਵੀ ਸਹਿਲੇ ਪਏ ਮਹਾਰਾਜ ਸੱਚੇ ਪਾਤਸ਼ਾਹ ਨੂੰ, ਪਰ ਕਿਹਦੇ ਵਾਸਤੇ? ਸਾਡੇ ਵਾਸਤੇ ਜੀ। ਸਾਨੂੰ ਧਾਰਿਆ ਮਹਾਰਾਜ ਨੇ। ਅੱਗੋਂ ਕੀ ਹੁੰਦਾ? ਜਦੋਂ ਮਹਾਰਾਜ ਦੇ ਪਿਤਾ ਜੀ ਸਤਿਗੁਰੂ ਜੀ ਨੂੰ ਮਿਲਦੇ ਹੈ, ਉਹ ਪ੍ਰਸੰਗ ਹੁਣ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰਨਾ ਹੈ। ਪਿਆਰ ਨਾਲ ਸਾਰੀ ਸੰਗਤ ਗੱਜ ਕੇ ਕਹੋ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਸ਼੍ਰੀ 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 ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੁਖ ਤੇ ਬੋਲਤ ਗਿਰਾ ਕਠੋਰਾ, ਲੇ ਮੁਝ ਸੰਗ ਚੱਲਿਓ ਤਿੰਨ ਓਰਾ। ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਨੂੰ ਕਹਿ ਰਹੇ ਮਹਾਰਾਜ, ਸਤਿਗੁਰੂ ਜੀ ਦੇ ਪਿਤਾ ਜੀ ਮੁਖੋਂ ਕਠੋਰ ਬੋਲ ਬਚਨ ਬੋਲਣ ਤੇ ਮੇਰੀ ਬਾਂਹ ਫੜੀ ਤੇ ਕਹਿੰਦੇ ਚੱਲ ਆ ਜਿੱਥੇ ਨਾਨਕ ਬੈਠਾ ਹੈ, ਚੱਲ ਮੈਨੂੰ ਵੀ ਉਸ ਥਾਂ ਤੇ ਲੈ ਕੇ ਚੱਲ। ਹਾਂਜੀ। ਸੁਣੀ ਮਾਤ ਸਭ ਧਨ ਕੀ ਗਾਥਾ, ਖੋਜ ਨਗਾ ਕਾਲੂ ਰਿਸ ਸਾਥਾ। ਅਸੀਂ ਮੈਂ ਤੇ ਸਤਿਗੁਰਾਂ ਦੇ ਪਿਤਾ ਜੀ ਮਹਾਰਾਜ ਨੂੰ ਲੱਭਣ ਵਾਸਤੇ ਚਲੇ ਗਏ, ਉਧਰ ਮਾਤਾ ਤ੍ਰਿਪਤਾ ਜੀ ਨੂੰ ਪਤਾ ਲੱਗ ਗਿਆ। ਗੱਜ ਕੇ ਆਖੋ ਵਾਹਿਗੁਰੂ। ਜੋ ਮਰਜ਼ੀ ਹੋਵੇ, ਬਾਪੂ ਝਿੜਕਾਂ ਵਾਲਾ ਹੋਵੇ, ਮਾਂ ਫਿਰ ਵੀ ਪਿਆਰ ਕਰ ਲੈਂਦੀ ਹੈ। ਮਾਂ ਤ੍ਰਿਪਤਾ ਜੀ ਨੂੰ ਪਤਾ ਲੱਗਾ, ਹੌਲ ਪੈਣ ਲੱਗ ਪਏ ਜੀ ਅੰਦਰ ਜੀ। ਮਾਤਾ ਤ੍ਰਿਪਤਾ ਜੀ ਘਬਰਾ ਗਏ ਵੀ ਕੁਛ ਜ਼ਿਆਦਾ ਨਾ ਗੁੱਸੇ ਹੋਣ। ਹਾਂਜੀ। ਤੁਰੰਤ ਤਬਹਿ ਤਨਿਕਾ ਕੋ ਭੇਜਾ, ਮਾਤਾ ਤ੍ਰਿਪਤਾ ਜੀ ਨੇ ਉਸੇ ਵੇਲੇ ਆਪਣੀ ਬੱਚੀ ਬੇਬੇ ਨਾਨਕੀ ਜੀ ਨੂੰ ਭੇਜਿਆ, ਜਾ ਕੇ ਆਪਣੇ ਪਿਤਾ ਦਾ ਗੁੱਸਾ ਠੰਡਾ ਕਰ ਦੇ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਧੀ ਦਾ ਰਿਸ਼ਤਾ ਹੀ ਐਸਾ ਹੈ, ਬਾਪ ਜਿੰਨਾ ਮਰਜ਼ੀ ਕ੍ਰੋਧ ਵਿੱਚ ਹੋਵੇ, ਜਦੋਂ ਧੀ ਸਾਹਮਣੇ ਜਾਂਦੀ ਹੈ ਨਾ, ਧੀ ਵਿੱਚ ਮਸਲੇ ਤੇ ਪੈ ਜਾਵੇ ਤੇ ਬਾਪ ਠੰਡਾ ਹੋ ਜਾਂਦਾ ਹੈ ਜੀ। ਕੋਈ ਜਲਾਦ ਬਾਪ ਹੋਏਗਾ ਜਿਹੜਾ ਇਸ ਰਿਸ਼ਤੇ ਦੀ ਵੀ ਪਰਵਾਹ ਨਹੀਂ ਕਰਦਾ ਹੋਏਗਾ ਜੀ। ਹੁਣ ਬੜੇ ਧਿਆਨ ਨਾਲ ਸੁਣਿਓ, ਕਹਿੰਦੇ ਆ ਉਸੇ ਵੇਲੇ ਮਾਤਾ ਨਾਨਕੀ ਜੀ ਨੇ ਬੇਬੇ ਨਾਨਕੀ ਨੂੰ ਭੇਜਿਆ, ਜਾ ਨਾਨਕੀ ਤੂੰ ਚਲੇ ਜਾ, ਆਪਣੇ ਪਿਤਾ ਨੂੰ ਸ਼ਾਂਤ ਕਰ ਦੇ। ਹਾਂਜੀ। ਬਾਹਰੋ ਦਾਸੀ ਦਾਸ ਪਠਾਏ, ਹੋਰ ਦਾਸ ਦਾਸੀਆਂ ਭੇਜੀਆਂ, ਪਿੱਛੇ ਜਾਓ, ਜਾ ਕੇ ਆਪਣੇ ਸਰਦਾਰ ਵੱਲ ਧਿਆਨ ਰੱਖਿਓ, ਆਪਣੇ ਮਾਲਕ ਵੱਲ, ਉਹ ਮੇਰੇ ਪੁੱਤਰ ਨੂੰ ਕਿਤੇ ਬੁਰਾ ਬਚਨ ਨਾ ਬੋਲੇ। ਹਾਂਜੀ। ਹਿਤ ਬਿਲੋਕ ਨੇ ਲੋਕ ਸਿਧਾਏ, ਲੋਕ ਵੇਖਣ ਵਾਸਤੇ ਬਹੁਤ ਸਾਰੇ ਇਕੱਠੇ ਹੋ ਗਏ। ਜਦੋਂ ਮਹਿਤਾ ਕਾਲੂ ਜੀ ਉੱਚੀ ਉੱਚੀ ਬੋਲਦੇ ਜਾਣ, ਪੈਸੇ ਗਵਾ ਆਇਆ, ਪੈਸੇ ਗਵਾ ਆਇਆ, ਤੇ ਤੁਹਾਨੂੰ ਪਤਾ ਪਿੰਡਾਂ ਚ ਲੋਕ ਉਸੇ ਵੇਲੇ ਇਕੱਠੇ ਹੋ ਜਾਂਦੇ ਜੀ। ਜਿੱਧਰ ਜਿੱਧਰ ਮਹਿਤਾ ਕਾਲੂ ਜੀ ਜਾਣ, ਪਿੰਡ ਦੇ ਲੋਕ ਉਸ ਪਾਸੇ ਤੁਰੀ ਜਾਣ ਜੀ। ਹਾਂਜੀ। ਬਾਹਰ ਜਾਏ ਪਿਖ ਜਲ ਬਿਨ ਤਾਲਾ, ਤੇ ਬਾਹਰ ਜਾ ਕੇ ਕੀ ਵੇਖਿਆ? ਸੁੱਕਾ ਤਲਾਬ ਹੈ, ਸੁੱਕਾ ਤਲਾਬ ਜੀ, ਉਹਦੇ ਚ ਪਾਣੀ ਨਹੀਂ ਹੈਗਾ। ਹਾਂਜੀ। ਵੈਸੇ ਨੀਵ ਸਥਾਨ ਕਿਰਪਾਲਾ, ਗੱਜ ਕੇ ਆਖੋ ਵਾਹ। ਤੇ ਮਹਾਰਾਜ ਸੱਚੇ ਪਾਤਸ਼ਾਹ ਨਾ, ਸੁੱਕੇ ਤਲਾਬ ਦੇ ਵਿੱਚ ਇੱਕ ਪਾਸੇ ਨੀਵੀਂ ਥਾਂ ਸੀਗੀ, ਮਹਾਰਾਜ ਉਸ ਨੀਵੀਂ ਥਾਂ ਚ ਵਿੱਚ ਜਾ ਕੇ ਬਹਿ ਗਏ ਸਨ ਜੀ। ਹਾਂਜੀ। ਅਵਲੋਕਿਓ ਕਾਲੂ ਜਿਹ ਕਾਲਾ, ਬੋਲਤ ਭਾ ਦੁਰਬਚਨ ਵਿਸਾਲਾ। ਤੇ ਮਹਿਤਾ ਕਾਲੂ ਜੀ ਵੇਖ ਕੇ ਬੜੇ ਬੁਰੇ ਬਚਨ ਬੋਲਣ ਲੱਗੇ, ਜੀ ਨਹੀਂ ਕਰਦਾ ਇਹੋ ਜਿਹੇ ਬੋਲ ਬੋਲਣ ਨੂੰ। ਪਰ ਸਾਧ ਸੰਗਤ, ਸੱਚ ਇਹ ਹੈ, ਸਾਨੂੰ ਪਤਾ ਲੱਗ ਜਾਏਗਾ ਸੱਚੇ ਸੌਦੇ ਐਵੇਂ ਨਹੀਂ ਹੁੰਦੇ। ਖੁਦ ਨਿਰੰਕਾਰ ਨੂੰ ਵੀ ਇਹ ਸਾਰਾ ਕੁਝ ਸਹਿਣਾ ਪਿਆ ਹੈ, ਲੀਲਾ ਵਰਤਾ ਰਹੇ ਹੈ ਮਹਾਰਾਜ। ਹਾਂਜੀ। ਗਹਿ ਕਰ ਬੂਜਤ ਰਿਸ ਕਰ ਭਾਰੀ, ਬਾਂਹ ਤੋਂ ਫੜ ਲਿਆ ਮਹਾਰਾਜ ਸੱਚੇ ਪਾਤਸ਼ਾਹ ਨੂੰ, ਤੇ ਪਿਆਰਿਓ ਬਾਂਹ ਤੋਂ ਫੜ ਕੇ ਪਿਤਾ ਮਹਿਤਾ ਕਾਲੂ ਜੀ ਬੜੇ ਬੁਰੇ ਬੋਲ ਬੋਲਣ ਲੱਗੇ। ਹਾਂਜੀ। ਕਹਾਂ ਕਾਰਖਿਕ ਸਦਨ ਉਜਾਰੀ, ਕਹਿੰਦੇ ਦੱਸ
ਪੈਸੇ ਕਿੱਥੇ ਹੈ, ਰੁਪਈਏ ਕਿੱਥੇ ਹੈ, ਜਿਹੜੇ ਤੂੰ ਲੈ ਕੇ ਗਿਆ ਸਾਂ ਦੱਸ ਉਹ ਕਿੱਥੇ ਹੈ? ਮੇਰੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਚਿਹਰਾ ਨੀਵਾਂ ਕਰਕੇ ਖਲੋਤੇ ਨੇ, ਚਿਹਰਾ ਨੀਵਾਂ ਕਰਕੇ ਖਲੋਤੇ, ਬੋਲ ਨਹੀਂ ਰਹੇ। ਹਾਂਜੀ, ਕਹਾਂ ਬਨਜ ਜੋ ਤੈ ਕਰ ਲਿਆਇਓ। ਦੱਸ, ਤੈਨੂੰ ਜਿਹੜਾ ਸੌਦਾ ਕਰਨ ਭੇਜੀ ਸੀ ਮਾਇਆ, ਉਹ ਸਾਰੀ ਮਾਇਆ ਕਿੱਥੇ ਹੈ ਦੱਸ ਮੈਨੂੰ? ਕਹਿੰਦੇ ਹਾਂਜੀ, ਘਰ ਜਨਮਿਓ ਮਮ ਨਾਮ ਗਵਾਇਓ। ਆਖੋ, ਕਹਿੰਦੇ ਜਦੋਂ ਦਾ ਤੂੰ ਜਨਮਿਆ ਮਾਇਆ ਹੀ ਉਜਾੜੀ ਜਾਂਦਾ, ਮਾਇਆ ਹੀ ਉਜਾੜੀ ਜਾਂਦਾ, ਉਜਾੜਨ ਨਹੀਂ ਦੇ। ਸਾਧ ਸੰਗਤ ਜੀ ਦੂਜਿਆਂ ਨੂੰ ਵੀ ਵਰੋ ਸਾ ਰਹੇ ਨੇ ਸੱਚੇ ਪਾਤਸ਼ਾਹ। ਹਾਂਜੀ, ਸੁਣ ਕਮਲਾਨਨ ਤੂਸ਼ਣ ਠਾਨੀ। ਮਹਾਰਾਜ ਸੱਚੇ ਪਾਤਸ਼ਾਹ ਕਮਲ ਜਿਹੇ ਮੁਖੜੇ ਵਰਗੇ ਧੰਨ ਗੁਰੂ ਨਾਨਕ ਦੇਵ ਸਾਹਿਬ ਚੁੱਪ ਕਰਕੇ ਖਲੋਤੇ ਆ। ਸਤਿਗੁਰੂ ਜੀ ਦੇ ਪਿਤਾ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਂਹ ਫੜੀ ਹੋਈ ਹੈ। ਹਾਂਜੀ, ਪਿਤ ਬੁਲਾਏ ਨਹਿ ਬੋਲਤ ਬਾਣੀ। ਪਿਤਾ ਜੀ ਬੁਲਾਉਂਦੇ ਆ ਤੇ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਚੁੱਪ ਹਨ। ਹਾਂਜੀ, ਯਾਂ ਤੇ ਅਧਿਕ ਕ੍ਰੋਧ ਕਰ ਕਾਲੂ। ਤੇ ਸਾਧ ਸੰਗਤ ਜੀ ਬਹੁਤ ਜ਼ਿਆਦਾ ਕ੍ਰੋਧ ਵਿੱਚ ਆ ਗਏ, ਮਹਿਤਾ ਕਾਲੂ ਜੀ ਬਹੁਤ ਜ਼ਿਆਦਾ ਕ੍ਰੋਧ ਵਿੱਚ ਆ ਗਏ। ਹਾਂਜੀ, ਕਰੀ ਤਾੜਨਾ ਤ੍ਰਾਸ ਬਿਸਾਲੂ। ਤੇ ਫਿਰ ਪਤਾ ਕੀ ਕੀਤਾ ਜੀ, ਸਤਿਗੁਰੂ ਜੀ ਦੀ ਬਹੁਤ ਜ਼ਿਆਦਾ ਹੀ ਤਾੜਨਾ ਕਰ ਦਿੱਤੀ ਜੀ, ਜ਼ਿਆਦਾ ਤਾੜਨਾ ਕੀਤੀ, ਬਹੁਤ ਜ਼ਿਆਦਾ ਤਾੜਨਾ ਕੀਤੀ। ਹਾਂਜੀ, ਦਹਿਨ ਹੱਥ ਤੇ ਬਾਮ ਕਪੋਲਾ, ਹਨੇ ਤਮਾਚੇ ਬਲ ਸੋਂ ਤੋਲਾ। ਗੁੱਸੇ ਵਿੱਚ ਆ ਕੇ ਪਤਾ ਨਹੀਂ ਲੱਗਾ, ਪਿਆਰਿਓ ਆਪਣੇ ਹੱਥ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਬੇਦਵੀ ਵੀ ਕਰ ਦਿੱਤੀ ਜੀ। ਮਹਾਰਾਜ ਸ਼ਾਂਤ। ਹਾਂਜੀ, ਬਾਮ ਹੱਥ ਤੇ ਦਹਿਲ ਗੰਢ ਸਥਲ, ਹਨੇ ਚਪੇਟਨ ਰਿਸ ਕਰ ਨਿਜ ਬਲ। ਇੱਕ ਵਾਰੀ ਨੀ ਬੇਦ ਵੀ ਕੀਤੀ, ਸਖਤ ਤਾੜਨਾ ਕਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਤਿੰਨ ਚਾਰ ਵਾਰ ਬੇਦ ਵੀ ਕਰ ਬੈਠੇ ਜੀ। ਹਾਂਜੀ, ਸ਼੍ਰੀ ਨਾਨਕ ਕੇ ਨੈਨ ਨੀਰਾ। ਗੱਜ ਕੇ ਆਖੋ, ਦੀਨ ਦੁਨੀਆਂ ਦੇ ਮਾਲਕ, ਕੁੱਲ ਜਹਾਨ ਦੇ ਮਾਲਕ, ਜਿਨ੍ਹਾਂ ਨੂੰ ਭੱਟ ਸਾਹਿਬਾਨ ਕਹਿੰਦੇ ਆ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਅੱਜ ਸਾਧੂਆਂ ਦਾ ਭਲਾ ਕੀਤਾ, ਸੱਚਾ ਸੌਦਾ ਕੀਤਾ, ਇਹ ਕੰਮ ਆਸਾਨ ਨਹੀਂ ਸੀ, ਹਜ਼ੂਰ ਮਹਾਰਾਜ ਲੀਲਾ ਵਰਤਾ ਰਹੇ ਹੈ। ਸਤਿਗੁਰੂ ਜੀ ਦੇ ਨੇਤਰਾਂ 'ਚੋਂ ਜਲ ਬਾਹਰ ਆਉਣ ਲੱਗ ਪਿਆ ਜੀ, ਜਿਵੇਂ ਆਮ ਬਾਲਕ ਰੋਂਦੇ ਹੈ ਨਾ, ਮਹਾਰਾਜ ਸੱਚੇ ਪਾਤਸ਼ਾਹ ਉਹ ਕਿਰਿਆ ਕਰਨ ਲੱਗ ਪਏ। ਹਾਂਜੀ, ਨਿਕਸ ਚੱਲਿਓ ਜੋ ਮਾਨੀ ਪੀਰਾ। ਹਾਂਜੀ, ਮਾਨੋ ਮੀਨ ਕੇ ਪੀਕਰ ਪਾਨੀ, ਬਨਮਤ ਸੋ ਅਸ ਪਹਿਰੀ ਜਾਨੀ। ਉਹ ਹੌਲੀ ਹੌਲੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨੇਤਰਾਂ ਚੋਂ ਪਿਆਰਿਓ ਜਲ ਡਿੱਗਣ ਲੱਗ ਪਿਆ ਜੀ। ਬੇਬੇ ਨਾਨਕੀ ਜੀ ਪਹੁੰਚ ਗਏ, ਕਹਿੰਦੇ ਆ ਛੇਤੀ ਛੇਤੀ ਸਾਰੇ ਉੱਥੇ ਵੇਖਣ ਲੱਗ ਪਏ, ਅੱਜ ਤੱਕ ਕਿਸੇ ਨੇ ਇੰਜ ਨਹੀਂ ਵੇਖਿਆ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਤਰ੍ਹਾਂ ਕਰਦੇ ਹੋਏ। ਗੱਜ ਕੇ ਆਖੋ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਇਹ ਤਾੜਨਾ ਸਾਡੇ ਕਰਕੇ ਸਹੀ, ਜਿਹੜਾ ਮਾੜਾ ਮੋਟਾ ਦੁੱਖ ਤਕਲੀਫ ਹੈ ਵੀ ਸਿੱਖਾਂ ਦਾ ਸਿੰਘਾਂ ਦਾ ਲੰਗਰ ਚੱਲਦਾ ਰਹੇ, ਇਹ ਤਾੜਨਾ ਸਾਡੇ ਕਰਕੇ ਸੱਚੇ ਪਾਤਸ਼ਾਹ ਸਹਿ ਰਹੇ, ਨਹੀਂ ਤੇ ਮਹਾਰਾਜ ਹੁਣੇ ਮਹਿਤਾ ਕਾਲੂ ਜੀ ਦਾ ਪਰਦਾ ਨਾਸ਼ ਕਰ ਦਿੰਦੇ, ਭਰਮ ਦਾ ਪਰਦਾ ਨਾਸ਼ ਕਰ ਦਿੰਦੇ, ਉਹਨਾਂ ਨੂੰ ਵੀ ਗੁਰੂ ਨਾਨਕ ਸਾਹਿਬ ਰੱਬ ਵਿਖਣ ਲੱਗ ਪੈਣੇ ਸੀਗੇ। ਪਰ ਉਹ ਖੇਡ ਨਹੀਂ ਮਹਾਰਾਜ ਨੇ, ਆਪ ਹੀ ਨਹੀਂ ਖੇਡ ਉਹ ਵਰਤਾਈ। ਹਾਂਜੀ, ਭਰੇ ਕਮਲ ਦਲ ਜਲ ਜਿਉਂ ਸੋਭਾ, ਬੂੰਦਨ ਪਰ ਮੁਕਤਾ ਸ਼ਬ ਲੋਭਾ। ਕਹਿੰਦੇ ਐ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਦੇ ਮੁਖ ਤੋਂ ਐ ਹੌਲੀ ਹੌਲੀ ਜਲ ਦੀਆਂ ਬੂੰਦਾਂ ਜਿਹੜੀਆਂ ਨਾ ਉਹ ਥੱਲੇ ਡਿੱਗ ਰਹੀਆਂ। ਹਾਂਜੀ, ਪਹੁੰਚੀ ਨਿਕਟ ਨਾਨਕੀ ਤੂਰਨ, ਪਰ ਬੋਲ ਨਹੀਂ ਰਹੇ ਮਹਾਰਾਜ, ਆਵਾਜ਼ ਨਹੀਂ ਕੱਢਦੇ ਮੁਖੋਂ, ਬਸ ਚੁੱਪ ਨੇ, ਧਿਆਨ ਨੀਵਾਂ ਤੇ ਨੇਤਰਾਂ 'ਚੋਂ ਜਲ ਆਉਣ ਲੱਗ ਪਿਆ। ਸਤਿਗੁਰੂ ਦੀ ਭੈਣ ਪਹੁੰਚ ਗਈ, ਜਿਹੜੀ ਬੇਬੇ ਨਾਨਕੀ ਇੱਕ ਖਿਨ ਵਾਸਤੇ ਵੀ ਗੁਰੂ ਨਾਨਕ ਸਾਹਿਬ ਨੂੰ ਇਸ ਤਰ੍ਹਾਂ ਨਹੀਂ ਸੀ ਦਰਸ਼ਨ ਕਰ ਸਕਦੇ, ਜਿਹਨੂੰ ਪਤਾ ਸੀ ਇਹ ਠੀਕ ਹੈ ਮੇਰਾ ਭਰਾ ਹੈ, ਪਰ ਇਹ ਆਪ ਕਰਤਾਰ ਨੇ ਰੂਪ ਧਾਰਨ ਕੀਤਾ ਹੋਇਆ ਹੈ। ਬੇਬੇ ਨਾਨਕੀ ਪਹੁੰਚੀ ਨਿਕਟ ਨਾਨਕੀ ਤੂਰਨ, ਬਾਂਹ ਫੜੀ ਹੋਈ ਹੈ ਮਹਿਤਾ ਕਾਲੂ ਜੀ ਨੇ,
ਬੇਬੇ ਨਾਨਕੀ ਦੀ ਛੇਤੀ ਪਹੁੰਚੇ। ਹਾਂਜੀ ਪਿਤ ਕਰ ਗਏ ਉਹ ਜੋ ਰਸ ਮੈਂ ਪੂਰਨ। ਰੱਜ ਕੇ ਆਖੋ ਬੇਬੇ ਨਾਨਕੀ ਜੀ ਨੇ ਕੀ ਕੀਤਾ, ਦੋ ਹੀ ਹੱਥ ਨੇ, ਇੱਕ ਹੱਥ ਚ ਬਾਪੂ ਦਾ ਹੱਥ ਫੜ ਲਿਆ, ਇੱਕ ਹੱਥ ਵਿੱਚ ਗੁਰੂ ਨਾਨਕ ਸਾਹਿਬ ਦਾ ਹੱਥ ਫੜ ਲਿਆ ਜੀ, ਹੱਥ ਛਡਾ ਦਿੱਤੇ ਬੇਬੇ ਨਾਨਕੀ ਜੀ ਨੇ ਵੀ ਛੱਡੋ ਮੇਰੇ ਵੀਰ ਨੂੰ। ਬਾਹਰ ਬਿਲੋਕਨ ਲੋਕ ਜੇ ਆਏ, ਲੋਕ ਕਈ ਇਕੱਠੇ ਹੋ ਗਏ ਸਨ ਵੇਖਣ ਵਾਸਤੇ, ਪਰ ਜਿਉ ਬਹੁਤ ਭਾਂਤ ਸਮਝਾਏ। ਉਹਨਾਂ ਮਹਿਤਾ ਕਾਲੂ ਜੀ ਨੂੰ ਰੋਕਿਆ, ਮਹਿਤਾ ਕਾਲੂ ਇਸ ਤਰ੍ਹਾਂ ਨਾ ਕਰੋ। ਸੁਖ ਸਾਗਰ ਕੋ ਲੈ ਨਿਜ ਸੰਗਾ, ਨਰ ਪੌਂਸ਼ਤ ਮੁਖ ਪ੍ਰੇਮ ਉਮੰਗਾ। ਸੁੱਖਾਂ ਦੇ ਸਾਗਰ ਨੂੰ ਬੇਬੇ ਨਾਨਕੀ ਜੀ ਨੇ ਆਪਣੇ ਨਾਲ ਲਾ ਲਿਆ। 5 ਸਾਲ ਵੱਡੀ ਹੈ ਮਹਾਰਾਜ ਸੱਚੇ ਪਾਤਸ਼ਾਹ ਤੋਂ। ਗੱਜ ਕੇ ਆਖੋ ਵਾਹਿਗੁਰੂ। ਬੇਬੇ ਨਾਨਕੀ ਜੀ 5 ਸਾਲ ਵੱਡੇ ਨੇ, ਗਲ ਚ ਜਿਹੜਾ ਲੀੜਾ ਲਿਆ ਸੀ ਨਾ ਉਹਦੇ ਨਾਲ ਮਹਾਰਾਜ ਦੀਆਂ ਗੱਲਾਂ ਪੂੰਜੀਆਂ ਜੀ। ਫਿਰ ਉਹਨਾਂ ਨੇ ਘੁੱਟ ਕੇ ਜੱਫੀ ਪਾ ਲਈ ਬੇਬੇ ਨਾਨਕੀ ਜੀ ਨੇ। ਹਾਂਜੀ ਮ੍ਰਿਦੁਲ ਗਿਰਾ ਕਰ ਦੇਤ ਦਿਲਾਸਾ, ਮੰਦ ਮੰਦ ਗਮਨੇ ਪੁਰ ਆਸਾ। ਹੌਲੀ ਹੌਲੀ ਪਿੰਡ ਦੇ ਲੋਕ ਵੀ ਆਪੋ ਆਪਣੇ ਘਰਾਂ ਨੂੰ ਚਲੇ ਗਏ। ਬੇਬੇ ਨਾਨਕੀ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਲੈ ਕੇ ਹੌਲੀ ਹੌਲੀ ਘਰ ਨੂੰ ਆਉਣ ਲੱਗ ਪਏ ਜੀ। ਘਰ ਵਿੱਚ ਧੀ ਦਾ ਹੋਣਾ ਬਹੁਤ ਜ਼ਰੂਰੀ ਹੈ। ਗੱਜ ਕੇ ਆਖੋ ਵਾਹਿਗੁਰੂ। ਧੀ ਦਾ ਹੋਣਾ ਬਹੁਤ ਜ਼ਰੂਰੀ ਹੈ। ਜਿਸ ਮਸਲੇ ਵਿੱਚ ਧੀ ਆ ਕੇ ਖਲੋ ਜਾਂਦੀ ਹੈ ਦੋਹੀਂ ਪਾਸੀ ਕੰਮ ਸ਼ਾਂਤ ਹੋ ਜਾਂਦਾ ਹੈ। ਬਾਪੂ ਨੂੰ ਵੀ ਰੋਕਤਾ, ਕਿਸੇ ਚ ਉੱਥੇ ਹਿੰਮਤ ਨਹੀਂ ਸੀ, ਮੈਂ ਤਾਂ ਕਾਲੂ ਜੀ ਦਾ ਹੱਥ ਫੜ ਕੇ ਐਂ ਕਰ ਦੇਣਾ। ਬੇਬੇ ਨਾਨਕੀ ਜੀ ਨੇ ਫੜਿਆ ਹੱਥ ਤੇ ਛੜਾ ਦਿੱਤਾ ਤੇ ਗੁਰੂ ਨਾਨਕ ਸਾਹਿਬ ਨੂੰ ਪਾਈ ਗਲਵਕੜੀ ਤੇ ਘਰ ਨੂੰ ਲੈ ਕੇ ਤੁਰ ਪਏ। ਹਾਂਜੀ ਮਾਤ ਬਿਲੋਕਨ ਲੋਚਨ ਲਾਈ, ਪੂਰਨ ਪ੍ਰੇਮ ਵਹਿਰਪੁਰ ਆਈ। ਮਾਤਾ ਜੀ ਨੇ ਵੇਖ ਲਿਆ, ਮਾਤਾ ਜੀ ਨੇ ਵੇਖਿਆ ਮਹਾਰਾਜ ਜੀ ਦੀਆਂ ਗੱਲਾਂ ਨੀਲੀਆਂ ਹੋਈਆਂ ਹਨ। ਮਾਤਾ ਜੀ ਦੇ ਨੇਤਰਾਂ ਚ ਬੈਰਾਗ ਆ ਗਿਆ। ਜਿਹੜੇ ਗੁਰੂ ਨਾਨਕ ਸਾਹਿਬ ਦੀਆਂ ਅੱਖਾਂ ਵਿੱਚ ਜਨਮ ਸਮੇਂ ਅਵਤਰਨ ਸਮੇਂ ਕਿਤੇ ਬੈਰਾਗ ਨਹੀਂ ਸੀ ਆਇਆ, ਹੰਝੂ ਕੋਈ ਨਹੀਂ ਆਇਆ, ਉਹ ਅੱਜ ਇਸ ਤਰ੍ਹਾਂ ਮਹਾਰਾਜ ਦੇ ਨੇਤਰਾਂ ਚ ਹੰਝੂ ਸਨ। ਮਾਤਾ ਜੀ ਤੇ ਵੇਂਦਿਆਂ ਸਾਰੀ ਬੈਰਾਗ ਕਰਨ ਲੱਗ ਪਏ ਵੀ ਇਹ ਕੀ ਹੋ ਗਿਆ। ਹਾਂਜੀ ਸੱਜਲ ਬਿਲੋਚਨ ਸੁਤਹਿ ਬਿਲੋਕੀ, ਭਈ ਪ੍ਰੇਮ ਕੀ ਉਮੰਗ ਅਰੋਕੀ। ਬਸ ਫਿਰ ਮਾਤਾ ਜੀ ਦਾ ਵੀ ਪਿਆਰ ਨਾ ਰੁਕਿਆ। ਹਾਂਜੀ ਕੰਠ ਲਗਾਏ ਨੈਣ ਭਰ ਆਏ। ਆਖੋ ਵਾਹਿਗੁਰੂ। ਪਿਆਰਿਓ ਮਾਤਾ ਜੀ ਨੇ ਸੀਨੇ ਨਾਲ ਲਾ ਲਿਆ ਤੇ ਮਾਤਾ ਜੀ ਦੇ ਨੇਤਰਾਂ ਚੋਂ ਵੀ ਹੰਝੂ ਵਹਿਣ ਲੱਗ ਪਏ ਜੀ। ਸੱਚੇ ਸੌਦੇ ਕਰਨੇ ਆਸਾਨ ਨਹੀਂ ਹੈ, ਨਾਮ ਰਖਾ ਲੈਣਾ ਸੱਚਾ ਸੌਦਾ ਬੜਾ ਸੌਖਾ ਹੈ। ਇਹ ਜਿੰਨੀ ਤਾੜਨਾ ਮਹਾਰਾਜ ਜਗਤ ਦੇ ਮਾਲਕ ਆਪ ਨਾਰਾਇਣ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਅੱਜ ਇਹ ਕਲਾ ਵਰਤਾਈ ਹੈ ਨਾ, ਇਹ ਸਾਰੀ ਸਾਡੇ ਗਰੀਬਾਂ ਦੇ ਭਲੇ ਵਾਸਤੇ ਵਰਤਾਈ ਹੈ। ਜੇ ਮਹਾਰਾਜ ਲੰਗਰ ਦੀ ਕਿਰਿਆ ਨਾ ਆਰੰਭ ਕਰਦੇ ਬਹੁਤ ਬੁਰਾ ਹਾਲ ਹੋਣਾ ਸੀਗਾ। ਆ ਵਿਦੇਸ਼ਾਂ ਤੋਂ ਆ ਕੇ ਬੈਠੇ ਇੱਥੇ ਗੁਰਮੁਖ ਪਿਆਰੇ, ਇੱਥੋਂ ਪੰਜਾਬ 'ਚੋਂ ਬੱਚੇ ਜਾਂਦੇ ਰੁਲਦੇ ਫਿਰਦੇ ਉੱਥੇ ਠੰਡ ਵਿੱਚ ਜੀ। ਉਹਨਾਂ ਨੂੰ ਜੇ ਕਿਤੇ ਆਸਰਾ ਮਿਲਦਾ, ਕਿਤੋਂ ਛਕਣ ਨੂੰ ਮਿਲਦਾ, ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਲੰਗਰ 'ਚੋਂ ਛਕਣ ਨੂੰ ਮਿਲਦਾ ਹੈ ਜੀ। ਨਹੀਂ ਤਾਂ ਛਕਣ ਨੂੰ ਉਹਨੂੰ ਕਿਤੋਂ ਮਿਲਦਾ ਜੀ, ਕੋਈ ਉਹਨਾਂ ਦੀ ਬਾਂਹ ਨਹੀਂ ਫੜਦਾ। ਇਹਨਾਂ ਵੱਡੇ ਕਾਰਜ ਦੀ ਸ਼ੁਰੂਆਤ ਕੀਤੀ ਸੱਚੇ ਪਾਤਸ਼ਾਹ ਨੇ। ਹਾਂਜੀ ਕੰਠ ਲਗਾਏ ਨੈਣ ਭਰ ਆਏ, ਅਸਰੂ ਸੰਗ ਸੁਤ ਅੰਗ ਪਿਘਾਏ। ਇੰਨਾ ਮਾਤਾ ਨਾਨਕੀ ਜੀ ਨੇ ਬੈਰਾਗ ਕੀਤਾ ਵੀ ਇਹ ਕੀ ਹੋ ਗਿਆ। ਕਹਿੰਦੇ ਆ ਮਾਤਾ ਜੀ ਦੇ ਨੇਤਰਾਂ ਚੋਂ ਹੰਝੂ ਵਗਦੇ ਸਨ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਮੁੱਖ ਜਿਹੜਾ ਸੀ ਨਾ ਉਹ ਹੰਝੂਆਂ ਦੇ ਨਾਲ ਹੀ ਭੇਜ ਦਿੱਤਾ ਸਾਰਾ ਮਾਤਾ ਜੀ ਨੇ ਜੀ, ਕੱਪੜੇ ਹੰਝੂਆਂ ਨਾਲ ਭੇਜ ਦਿੱਤੇ, ਇੰਨਾ ਬੈਰਾਗ। ਹਾਂਜੀ ਆਨ ਸਦਨ ਮਹਿ ਬਦਨ ਨਿਹਾਰੀ, ਪੌਂਸ਼ਤ ਚਾਰ ਬਿਲੋਚਨ ਬਾਰੀ। ਗੁਰਮੁਖੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਕੋਲ ਬਿਠਾਇਆ, ਤੁਸੀਂ ਵੇਖੋ ਉਦੋਂ ਮਹਿਸੂਸ ਕਰੋ ਉਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਕੈਸੇ ਲੱਗਦੇ ਹੋਣਗੇ। ਵਿਹੜੇ 'ਚ ਬਿਠਾ ਲਿਆ, ਮੰਜੇ 'ਤੇ ਬਿਠਾ ਲਿਆ ਅਤੇ ਮਾਤਾ ਜੀ ਆਪ ਨਾ ਸਾਹਮਣੇ ਗੋਡਿਆਂ ਦੇ ਭਾਰ ਬਹਿ ਗਏ, ਗੋਡਿਆਂ ਦੇ ਭਾਰ।
ਜਿਵੇਂ ਅੱਧਾ ਸਰੀਰ ਖੜਾ ਕਰ ਲਈਦਾ ਹੈ ਨਾ, ਉਵੇਂ ਹੋ ਗਏ ਮਹਾਰਾਜ ਮਾਤਾ ਜੀ ਤੇ ਮਹਾਰਾਜ ਦਾ ਮੁਖ ਵੇਖਦੇ ਆ। ਹਾਂਜੀ, ਸੁੱਤ ਨਾ ਕਰੋ ਕਾਰਜ ਅਬ ਕੋ, ਕਹਿੰਦੇ ਪੁੱਤਰ ਅੱਜ ਤੋਂ ਬਾਅਦ ਤੇਰਾ ਬਾਪੂ ਤੈਨੂੰ ਕੁਝ ਵੀ ਆਖੇ ਤੂੰ ਕੋਈ ਕੰਮ ਨਹੀਂ ਕਰਨਾ, ਅੱਜ ਤੋਂ ਬਾਅਦ ਨੀ ਤੂੰ ਕੋਈ ਕੰਮ ਕਰਨਾ। ਹਾਂਜੀ, ਵਿੱਚ ਰਹੋ ਪੁਰ ਮੈਂ ਸਵੇਸ਼ਾ ਹੋ, ਜਿੱਥੇ ਤੇਰੀ ਇੱਛਾ ਜਿਵੇਂ ਤੇਰੀ ਇੱਛਾ ਪੁੱਤਰ ਉਵੇਂ ਵਿਚਰੋ, ਅੱਜ ਤੋਂ ਬਾਅਦ ਕੰਮ ਨਹੀਂ ਕਰਨਾ ਕੋਈ। ਹਾਂਜੀ, ਜੇ ਨਾ ਕਰੋਗੇ ਕੋ ਵਿਵਹਾਰਾ, ਨਹਿ ਬਿਗੜੇ ਕਛੁ ਹੋਏ ਨਾਰਾਰਾ, ਜੇ ਕੋਈ ਕੰਮ ਹੀ ਨਹੀਂ ਕਰੋਗੇ ਤੇ ਕੁਛ ਵਿਗੜਨਾ ਹੀ ਨਹੀਂ, ਪੈਸਿਆਂ ਦਾ ਤਾਂ ਨੁਕਸਾਨ ਹੋ ਗਿਆ ਸੀ ਮਹਿਤਾ ਜੀ ਦੇ, ਕੁਝ ਵਿਗੜਨਾ ਹੀ ਨਹੀਂ ਹੈ, ਤੇ ਜਦੋਂ ਕੁਝ ਵਿਗੜਿਆ ਹੀ ਨਹੀਂ ਤੇ ਘੱਟੋ ਘੱਟ ਤੁਹਾਡਾ ਪਿਤਾ ਤੁਹਾਨੂੰ ਕੁਝ ਆਖੂ ਤੇ ਨਾ। ਹਾਂਜੀ, ਸਦਨ ਦੀਨ ਸੁਖ ਸਰਬ ਵਿਧਾਤਾ, ਬੈਠੇ ਸਦਾ ਰਹੋ ਰੰਗ ਰਾਤਾ, ਸਾਨੂੰ ਰੱਬ ਦਾ ਦਿੱਤਾ ਬਹੁਤ ਕੁਝ ਹੈ, ਤੂੰ ਅੱਜ ਤੋਂ ਬਾਅਦ ਪੁੱਤ ਘਰ ਵਿੱਚ ਰਹਿਣਾ, ਅੱਜ ਤੋਂ ਬਾਅਦ ਕੋਈ ਕੰਮ ਨਹੀਂ ਕਰਨਾ। ਹਾਂਜੀ, ਕੇਤਕ ਮਾਨਵ ਦੇਖਣ ਹਾਰੇ, ਜਸਪਦ ਗਾਏ ਰਾਏ ਕੇ ਦੁਆਰੇ, ਕੇਤਕ ਮਾਨਵ ਦੇਖਣ ਹਾਰੇ ਜਸਪਦ ਗਏ ਰਾਏ ਕੇ ਦੁਆਰੇ, ਵੇਖਿਆ ਨਾ ਜਿਨ੍ਹਾਂ ਨੇ ਇਹ ਸਾਰਾ ਕੁਝ ਹੁੰਦਿਆਂ, ਉਹਨਾਂ ਵਿੱਚੋਂ ਕਈ ਬੰਦੇ ਤਲਵੰਡੀ ਦੇ ਰਾਜੇ, ਫਿਰ ਮਹਿਤਾ ਕਾਲੂ ਜੀ ਦੇ ਵਾਹਿਗੁਰੂ ਤਲਵੰਡੀ ਦੇ ਰਾਜੇ ਰਾਏ ਬੁਲਾਰ ਦੇ ਕੋਲ ਗਏ ਜੀ। ਹੁਣ ਉਹਨੇ ਤਾਂ ਅੱਗੇ ਬੜੀ ਵਾਰੀ ਕਿਹਾ ਸੀ ਮਹਿਤਾ ਕਾਲੂ ਵੇਖੇ ਕਿਤੇ ਇਹਨਾਂ ਦੀ ਬੇਦ ਵੀ ਨਾ ਕਰੀ, ਜਿਨ੍ਹਾਂ ਇਹ ਵੇਖਿਆ ਉਹ ਫਿਰ ਸਾਧ ਸੰਗਤ ਜੀ ਬੈਰਾਗ ਕਰਦੇ ਹੋਏ ਰਾਏ ਸਾਹਿਬ ਦੇ ਕੋਲ ਗਏ। ਜਹਿ ਵੈਸੇ ਉਹ ਨਿਜ ਸਭਾ ਲਗਾਈ, ਰਾਏ ਜੀ ਨੂੰ ਕੀ ਪਤਾ ਸੀ ਵੀ ਕੀ ਹੋਇਆ, ਉਹ ਆਪਣੀ ਸਭਾ ਲਾ ਕੇ ਬੈਠੇ ਸਨ, ਸਾਰੇ ਬੰਦੇ ਉੱਥੇ ਸਨ। ਤਹਾਂ ਜਾਏ ਸਭ ਬਾਤ ਸੁਣਾਈ, ਉਹਨਾਂ ਜਾ ਕੇ ਦੱਸਿਆ ਰਾਏ ਸਾਹਿਬ ਗਜਬ ਹੋ ਗਿਆ, ਜਿਨ੍ਹਾਂ ਤੇ ਤੁਸੀਂ ਬਹੁਤ ਮਾਣ ਕਰਦੇ ਹੋ, ਜਿਨ੍ਹਾਂ ਕਰਕੇ ਤਲਵੰਡੀ ਵਸਦੀ ਹੈ, ਅੱਜ ਉਹਨਾਂ ਦੀ ਬੇਦ ਵੀ ਕਰ ਦਿੱਤੀ ਹੈ, ਗਜਬ ਹੋ ਗਿਆ। ਮਹਿਤਾ ਵਾਹਿਗੁਰੂ ਰਾਏ ਬੁਲਾਰ ਨੇ ਪੁੱਛਿਆ ਕੋਈ ਦੱਸੇਗਾ ਮੈਨੂੰ ਅੱਜ ਹੋਇਆ ਕੀ ਹੈ। ਹਾਂਜੀ, ਬੀਸ ਰਜਤ ਪਣ ਕਾਲੂ ਨੰਦਨ, ਦੀਨੇ ਸੰਤਨ ਕੋ ਕਰ ਬੰਧਨ, ਕਹਿੰਦੇ ਮਹਿਤਾ ਕਾਲੂ ਨੇ ਆਪਣੇ ਪੁੱਤਰ ਨੂੰ 20 ਰੁਪਈਏ ਦਿੱਤੇ ਸਨ ਵਪਾਰ ਕਰਨ ਵਾਸਤੇ। ਹਾਂਜੀ, ਦਇਆ ਯੁਕਤ ਜਿਹੇ ਮ੍ਰਿਦਲ ਸੁਭਾਉ, ਪਰ ਤੁਹਾਨੂੰ ਪਤਾ ਹੈ ਮਹਿਤਾ ਕਾਲੂ ਦੇ ਪੁੱਤਰ ਦਾ ਸੁਭਾਅ ਕਿਹੋ ਜਿਹਾ ਹੈ, ਗੱਜ ਕੇ ਆਖੋ ਵਾਹਿਗੁਰੂ, ਭਾਵ ਸਤਿਗੁਰੂ ਜੀ ਦਾ ਸੁਭਾਅ ਕਿਹੋ ਜਿਹਾ ਹੈ। ਉਹ ਸਦਾ ਦਇਆ ਵਿੱਚ ਰਹਿੰਦੇ ਹੈ, ਕੋਮਲ ਰਹਿੰਦੇ ਹੈ, ਕੋਮਲ। ਹਾਂਜੀ, ਨਗਨ ਸ਼ੁਧਾ ਤਰ ਪਿਖ ਨਾ ਸਕਾਊ, ਤੇ ਤੁਹਾਨੂੰ ਪਤਾ ਰਾਏ ਸਾਹਿਬ ਉਹ ਕਿਸੇ ਨੂੰ ਭੁੱਖਿਆ ਨਹੀਂ ਵੇਖ ਸਕਦੇ, ਉਹ ਕਿਸੇ ਨੂੰ ਦੁਖੀ ਨਹੀਂ ਵੇਖ ਸਕਦੇ, ਤੁਹਾਨੂੰ ਇਸ ਗੱਲ ਦਾ ਪਤਾ ਹੈ। ਹਾਂਜੀ, ਕਾਲੂ ਹਨੇ ਚਪੇਟਨ ਜੋਰਾ, ਅਤ ਤ੍ਰਾਸਤ ਜਿਹ ਤਰਸ ਨਾ ਥੋਰਾ, ਅੱਜ ਥੋੜਾ ਜਿੰਨਾ ਵੀ ਮਹਿਤਾ ਕਾਲੂ ਡਰਿਆ ਨਹੀਂ, ਉਹਨੇ ਤਰਸ ਨਹੀਂ ਕੀਤੀ, ਆਪਣੇ ਸੰਤ ਪੁੱਤਰ ਦੇ ਮੁਖ ਤੇ ਉਹਨੇ ਬੇਅਦ ਵੀ ਕੀਤੀ ਹੈ, ਆਪਣੇ ਹੱਥਾਂ ਨਾਲ ਬੇਅਦ ਵੀ ਕੀਤੀ ਹੈ। ਹਾਂਜੀ, ਸੁਨ ਕਾਵ ਸੁਨ ਕਾਨ ਇਵ ਰਾਏ ਬੁਲਾਰਾ, ਸ਼੍ਰੀ ਨਾਨਕ ਜਿਹ ਕੋ ਬਹੁ ਪਿਆਰਾ, ਰਾਏ ਬੁਲਾਰ ਉਹਦਾ ਤਾਂ ਅੱਗੇ ਹੀ ਮਹਾਰਾਜ ਦੇ ਚਰਨਾਂ ਨਾਲ ਬੜਾ ਪਿਆਰ ਹੈ। ਹਾਂਜੀ, ਪ੍ਰੀਤ ਸੰਗ ਹਿਰਦਾ ਪੁਰ ਪੂਰਨ, ਉਹਦਾ ਹਿਰਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰ ਨਾਲ ਭਰਿਆ ਪਿਆ ਹੈ। ਦਾਸ ਬੁਲਾਏ ਪਠਾਇਓ ਤੂਰਨ, ਉਸੇ ਵੇਲੇ ਇੱਕ ਦਾਸ ਭੇਜਿਆ, ਕਹਿੰਦਿਆ ਜਾਓ ਨਾਨਕ ਜੀ ਨੂੰ ਲੈ ਕੇ ਆਓ, ਉਹਨਾਂ ਦੇ ਪਿਤਾ ਜੀ ਨੂੰ ਲੈ ਕੇ ਆਓ। ਹਾਂਜੀ, ਕਮਲ ਨੈਣ ਅਨ ਹੋ ਮੁਝ ਐਨਾ, ਕਾਲੂ ਸਹਿਤ ਜਿਸੇ ਹਰ ਭੈਣਾ, ਜਾਓ ਉਹਨਾਂ ਨੂੰ ਵੀ ਲੈ ਕੇ ਆਓ ਤੇ ਉਹਦੇ ਪਿਤਾ ਨੂੰ ਵੀ ਲੈ ਕੇ ਆਓ। ਰਾਏ ਬੁਲਾਰ ਦਾ ਇੰਨਾ ਪਿਆਰ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ, ਪਿਆਰੇ ਉਹਦਾ ਹਿਰਦਾ ਪਾੜ ਗਿਆ ਸੀ ਜਦੋਂ ਉਹਨੇ ਖਬਰ ਸੁਣੀ ਜੀ। ਇਹ ਕੀ ਕੀਤਾ,
ਨਾਨਕ ਜੀ ਦੇ ਨੇਤਰਾਂ ਚੋਂ ਹੰਝੂ ਆਏ। ਹਿਰਦਾ ਪਾਟ ਗਿਆ ਇਹ ਦੁੱਖ ਦੀ ਖਬਰ ਸੁਣ ਕੇ, ਕਹਿੰਦਾ ਲੈ ਕੇ ਆਓ। ਹਾਂਜੀ, ਆਸ ਕਹਿ ਕ੍ਰੋਧ ਅਧਿਕ ਮਨ ਛਾਵਾ। ਕ੍ਰੋਧ ਵੀ ਆਇਆ, ਗੁੱਸਾ ਵੀ ਆਇਆ ਵੀ ਮੈਂ ਤੇ ਮਹਿਤਾ ਕਾਲੂ ਨੂੰ ਬੜੀ ਵਾਰੀ ਸਮਝਾਇਆ। ਫਰਕਤ ਅਧਰ ਹਿਰਦੇ ਦੁੱਖ ਪਾਵਾ। ਹੋਂਠ ਫਰਕਣ ਲੱਗੇ ਹੈ, ਹਿਰਦੇ ਚ ਬੜਾ ਦੁੱਖ ਪਾਇਆ, ਇਹ ਮੇਰੇ ਰਾਜ ਵਿੱਚ ਕੀ ਹੋ ਗਿਆ ਹੈ। ਗੁਰੂ ਨਾਨਕ ਦੀ ਬੇਅਦਬੀ। ਹਾਂਜੀ, ਸੀਤਲ ਸਵਾਸ ਲੇਤ ਬਹੁ ਬਾਰੀ। ਠੰਡੇ ਠੰਡੇ ਸਾਹ ਲੈਂਦਾ, ਸੋਚਦਾ ਕੀ ਬਣ ਗਿਆ। ਮਮ ਪੁਰ ਹੋਤ ਅਵਗਿਆ ਭਾਰੀ। ਮੇਰੀ ਇਸ ਨਗਰੀ ਵਿੱਚ ਮੇਰੇ ਕੋਲੋਂ ਹੀ ਵੱਡੀ ਅਵਗਿਆ ਹੋ ਗਈ, ਜਿਹੜਾ ਮੈਂ ਗੁਰੂ ਨਾਨਕ ਜੀ ਦਾ ਸਤਿਕਾਰ ਕਾਇਮ ਨਹੀਂ ਰੱਖ ਸਕਿਆ। ਗੱਜ ਕੇ ਆਖੋ ਵਾਹਿਗੁਰੂ। ਕਿਉਂ, ਇਹਨੂੰ ਪਤਾ ਹੈ ਨਾ ਇਹ ਆਮ ਨਹੀਂ ਹੈ, ਇਹ ਤਾਰਨਹਾਰ ਹੈ, ਇਹਨੇ ਤਾਰਨਾ ਹੈ ਸਾਨੂੰ। ਬੜਾ ਦੁੱਖ ਹੋਇਆ। ਕਲਾਵਾਨ ਕਲ ਹੀਨ ਕਿਰਪਾਲਾ, ਹਵੈ ਤਾਂ ਕੋ ਤ੍ਰਿਕਾਸ ਬਿਸਾਲਾ। ਇੰਨੇ ਵੱਡੇ ਕਲਾਵਾਨ, ਇੰਨੇ ਵੱਡੇ ਕਿਰਪਾਲੂ, ਤੇ ਮੇਰੇ ਰਾਜ ਵਿੱਚ ਅੱਜ ਇਸ ਤਰ੍ਹਾਂ ਹੋ ਗਿਆ। ਉਹ ਰਾਜ ਜਿਹੜਾ ਦਿੱਤਾ ਹੀ ਉਹਨਾਂ ਦਾ ਹੋਇਆ। ਹਾਂਜੀ, ਲੱਗ ਹੈ ਮੁਝ ਸਰੀਰ ਸਭ ਦੋਸ਼ੂ, ਅਸ ਬਿਸੂਰ ਉਤ ਸਰਸਤ ਰੋਸੂ। ਗੱਜ ਕੇ ਆਖੋ। ਵੇਖੋ, ਬੇਅਦਬੀ ਕਿਸੇ ਨੇ ਕੀਤੀ ਹੈ, ਪਰ ਰਾਏ ਬੁਲਾਰ ਦਾ ਇੰਨਾ ਪਿਆਰ ਹੈ, ਰਾਏ ਬੁਲਾਰ ਕਹਿੰਦੇ ਇਹਦਾ ਦੋਸ਼ ਵੀ ਮੈਨੂੰ ਲੱਗੇਗਾ, ਇਹਦਾ ਦੋਸ਼ ਮੈਨੂੰ ਲੱਗੇਗਾ। ਕਿਉਂ, ਮੈਂ ਨਾਨਕ ਜੀ ਦਾ ਸਤਿਕਾਰ ਨਹੀਂ ਰੱਖ ਸਕਿਆ। ਹਾਂਜੀ, ਸੁਖ ਸਾਗਰ ਕੋ ਲੇਕਰ ਦਾਸਾ, ਪਹੁੰਚਿਓ ਤਬ ਬੁਲਾਰ ਕੇ ਪਾਸਾ। ਜਿਹੜੇ ਮਹਿਤਾ ਕਾਲੂ ਤੇ ਆਉਣਾ ਹੀ ਹੈ, ਰਾਏ ਬੁਲਾਰ ਜੀ ਨੇ ਜਿਹੜੇ ਨੌਕਰ ਭੇਜੇ ਸਨ ਨਾ, ਉਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਲੈ ਕੇ ਆਏ ਹੈ, ਰਾਏ ਬੁਲਾਰ ਦੇ ਕੋਲ ਲੈ ਕੇ ਆਏ ਹੈ। ਹਾਂਜੀ, ਪ੍ਰੇਮ ਰੂਪ ਪੂਰਨ ਉਰਬਾਰਾ, ਲੋਚਨ ਦਰ ਜਨ ਛੁੱਟਿਓ ਫੁਹਾਰਾ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਰਾਏ ਸਾਹਿਬ ਦਾ ਹਿਰਦਾ ਇੱਕਦਮ ਪਿਆਰ ਵਿੱਚ ਇੰਨਾ ਪਰਿਪੂਰਨ ਹੋ ਗਿਆ, ਪਿਆਰਿਓ ਨੇਤਰਾਂ ਚੋਂ ਹੰਝੂ ਵਹਿਣ ਲੱਗ ਪਏ। ਵਹਿਣ ਕੀ ਲੱਗ ਪਏ ਹੈ, ਅੱਖਾਂ ਤੋਂ ਪਾਣੀ ਦਾ ਫੁਹਾਰਾ ਹੀ ਛਿੜ ਪਿਆ ਹੈ। ਇੰਨਾ ਉਹਨੂੰ ਬੈਰਾਗ ਆਇਆ, ਬਹੁਤ ਬੈਰਾਗ ਆਇਆ। ਹਾਂਜੀ, ਪਏ ਜਲਜ ਤੇ ਜਲਦ ਸਜਲ ਸੋ, ਨਿਜ ਧਾਰਾ ਗੇਰਤ ਤਲ ਬਲ ਸੋ। ਕਹਿੰਦੇ ਅੱਜ ਤੱਕ ਕਿਸੇ ਨੇ ਰਾਏ ਨੂੰ ਹੀ ਇੰਜ ਨਹੀਂ ਵੇਖਿਆ ਹੈ। ਵੇਖੋ, ਮੁਸਲਮਾਨ ਤੇ ਉਹਦਾ ਮਹਾਰਾਜ ਨਾਲ ਕਿੰਨਾ ਪਿਆਰ ਹੈ। ਉਹਦੀ ਅੱਖਾਂ ਚੋਂ ਹੰਝੂ ਧਰਤੀ ਤੇ ਪੈਂਦੇ ਹੈ, ਉਹ ਬੈਰਾਗ ਕਰਾਉਂਦੇ ਆ ਵੀ ਕੀ ਬਣ ਗਿਆ। ਕਹਿੰਦੇ ਧਰਤੀ ਤੇ ਹੰਝੂ ਡਿੱਗਦੇ ਸੀਗੇ ਉਹਦੇ। ਹਾਂਜੀ, ਤੂਰਨ ਤਜ ਕਰ ਉੱਠਿਓ ਪ੍ਰਿਅੰਕਾ, ਕਰ ਸਤਕਾਰ ਲੀਨ ਭਰ ਅੰਕਾ। ਇੱਕਦਮ ਆਪਣੇ ਪਲੰਘੇ ਤੋਂ ਉੱਠਿਆ ਤੇ ਉੱਠ ਕੇ ਉਹਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਗਲਵਕੜੀ ਚ ਪਾ ਲਿਆ, ਗਲੇ ਨਾਲ ਲਾ ਲਿਆ, ਬੜੇ ਸਤਿਕਾਰ ਨਾਲ ਘੁੱਟ ਕੇ ਛਾਤੀ ਨਾਲ ਲਾਇਆ। ਹਾਂਜੀ, ਗਦ ਗਦ ਗਿਰਾ ਅਸ਼ਰੂ ਬਹਿ ਬਾਰੀ। ਗਦ ਗਦ ਹੋ ਕੇ ਬੜੇ ਭਾਰੀ ਹੰਝੂ ਬਹਿ ਤੁਰੇ। ਹਾਂਜੀ, ਅੰਗ ਪਿਗੋਏ ਕਰੁਣਾ ਧਾਰੀ। ਕਹਿੰਦੇ ਆ ਗਰੀਬ ਨਵਾਜ ਜੀ ਦੇ ਅੰਗ ਗਿੱਲੇ ਕਰ ਦਿੱਤੇ, ਇੰਨਾ ਉਹਦਾ ਬੈਰਾਗ ਆਇਆ। ਇਹਦਾ ਮਤਲਬ ਥੋੜਾ ਨਹੀਂ ਸੀ ਆਇਆ, ਇਹ ਤਾਂ ਜਿਹਦਾ ਪਿਆਰ ਹੈ ਨਾ ਉਹਨੂੰ ਪਤਾ ਹੈ, ਜਿਹਦਾ ਪਿਆਰ ਹੈ ਉਹ ਤੇ ਪ੍ਰਸੰਗ ਸੁਣ ਹੀ ਨਹੀਂ ਸਕਦਾ। ਗੱਜ ਕੇ ਆਖੋ। ਉਹ ਕਹਿੰਦਾ ਕੋਈ ਹੋਰ ਕਥਾ ਸੁਣਾ ਦੇ, ਇਹ ਕਥਾ ਨਾ ਸੁਣਾ। ਕੱਲ ਪਰਸੋਂ ਭਾਈ ਸਾਹਿਬ ਜਦੋਂ ਇਹ ਕਥਾ ਸ਼ੁਰੂ ਹੋਈ ਨਾ, ਤੇ ਮੈਂ ਬਹੁਤ ਖੁਸ਼ ਸਾਂ ਵੀ ਵੇਖੋ ਸੱਚਾ ਸਬਦਾ ਕਰਨਾ। ਕਹਿੰਦੇ ਮੈਨੂੰ ਤੇ ਡਰ ਲੱਗਦਾ ਅਗਲੇ ਪ੍ਰਸੰਗ ਦਾ, ਜੋ ਅੱਗੇ ਹੋਣਾ ਉਹ ਬੜਾ ਹੋਰ ਤਰ੍ਹਾਂ ਦਾ ਆਉਣਾ। ਗੱਲ ਜਿਹਨੇ ਪਿਆਰ ਹਿਰਦੇ ਚ ਵਸਾਇਆ ਜੀ, ਜਿਹਨੇ ਹਿਰਦੇ ਚ ਵਸਾਇਆ। ਹਾਂਜੀ, ਬੋਲਣ ਚਾਹਤ ਨਾ ਆਵਤ ਬਾਣੀ, ਮਹਾ ਮੋਹ ਤੇ ਮਟ ਲਪਟਾਨੀ। ਰਾਏ ਬੁਲਾਰ ਚਾਹੁੰਦਾ
ਵੀ ਮੈਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛਾਂ, ਦੱਸਾਂ। ਮਹਾਰਾਜ ਬੈਰਾਗ ਨਾ ਕਰੋ, ਪਰ ਪਹਿਲਾਂ ਆਪ ਚੁੱਪ ਹੋਵੇ ਅਤੇ ਆਖੇ ਨਾ। ਰਾਏ ਬੁਲਾਰ ਕੋਲੋਂ ਬੋਲਿਆ ਨਹੀਂ ਜਾਂਦਾ, ਇੰਨਾ ਬੈਰਾਗ, ਇੰਨਾ ਬੈਰਾਗ ਆ ਗਿਆ। ਹਾਂਜੀ। ਨਿਕਟ ਜੇ ਨਰ ਕਰੁਣਾ ਮਨ ਠਾਨ ਹੈ, ਕਾਲੂ ਕੋ ਕੁਸ਼ੀਲ ਪਹਿਚਾਨ ਹੈ। ਲਾਗੇ ਜਿਹੜੇ ਜਿਹੜੇ ਲੋਕ ਖਲੋਤੇ ਵੇਖਦੇ ਸਨ, ਉਹ ਸੋਚਦੇ ਸਨ, ਮੈਂ ਤਾਂ ਕਾਲੂ ਬੜਾ ਹੀ ਕਠੋਰ ਹੈ, ਬੜਾ ਹੀ ਕਠੋਰ ਹੈ। ਹਾਂਜੀ। ਰਾਏ ਸੁਣਾਏ ਬਚਨ ਕਹਿ ਨਿੰਦ ਹੈ, ਕਰੂਰ ਕਰਮ ਕੀਨੋ ਮਨ ਬਿੰਦ ਹੈ। ਰਾਏ ਬੁਲਾਰ ਨੂੰ ਸੁਣਾ ਸੁਣਾ ਕੇ ਕਹਿੰਦੇ ਆ, ਰਾਏ ਸਾਹਿਬ ਚੰਗਾ ਨਹੀਂ ਕੀਤਾ ਮੈਂ ਤਾਂ ਕਾਲੂ ਨੇ। ਪੂਰੀ ਤਲਵੰਡੀ 'ਤੇ ਅਸਰ ਹੋ ਗਿਆ, ਸਾਰੀ ਤਲਵੰਡੀ ਬੈਰਾਗੀ ਹੋ ਗਈ ਸੀਗੀ। ਇਹ ਸਾਡੇ ਨਗਰ ਵਿੱਚ ਕੀ ਹੋ ਗਿਆ? ਗੱਜ ਕੇ ਆਖੋ ਵਾਹਿਗੁਰੂ। ਸਾਰੀ ਤਲਵੰਡੀ ਬੈਰਾਗੀ ਹੋਈ ਪਈ ਹੈ। ਹਾਂਜੀ। ਨੀਲ ਕਪੋਲ ਬਿਲੋਕਤ ਲੋਚਨ, ਮ੍ਰਿਦੁਲ ਲਖ ਹੈ ਕਰ ਅਸ਼ਰੂ ਮੋਚਨ। ਕਹਿੰਦੇ ਆ ਰਾਏ ਬੁਲਾਰ ਦੀ ਤੇ ਆਪ ਹੋਸ਼ ਹੀ ਨਹੀਂ ਰਹੀ। ਰਾਏ ਬੁਲਾਰ ਬੈਰਾਗ ਕਰੀ ਜਾਂਦਾ, ਥੋੜਾ ਜਿਹਾ ਪਰਾਂ ਕਰਕੇ ਵੇਖਿਆ, ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਗੱਲਾਂ 'ਤੇ ਨੀਲ ਪਏ ਹੋਏ ਸਨ। ਕੋਮਲ ਬੜੇ ਨੇ ਮਹਾਰਾਜ ਸੱਚੇ ਪਾਤਸ਼ਾਹ। ਹਾਂਜੀ। ਧਰ ਧੀਰਜ ਉਰ ਰਾਏ ਬੁਲਾਰੂ, ਪਰਖ ਸਮਰੱਖ ਹੈ ਕੀਨ ਉਚਾਰੂ। ਧਰ ਧੀਰਜ ਉਰ ਰਾਏ ਬੁਲਾਰੂ, ਫਿਰ ਆਪਣੇ ਹਿਰਦੇ ਦਾ ਧੀਰਜ ਧਾਰਿਆ ਅਤੇ ਫਿਰ ਬੜੇ ਗੁੱਸੇ ਵਿੱਚ ਕਠੋਰ ਬਚਨ ਹੁਣ ਮੈਂ ਤਾਂ ਕਾਲੂ ਜੀ ਨੂੰ ਕਹਿਣੇ ਆ। ਹਾਂਜੀ। ਕਾਲੂ ਕਲ ਹੀ ਕਰੋਰ ਕਠੂਰਾ। ਕਾਲੂ ਤੂੰ ਝਗੜਾਲੂ ਹੈ, ਤੂੰ ਨਿਰਦਈ ਹੈ, ਤੂੰ ਕਠੋਰ ਹੈ। ਹਾਂਜੀ। ਏਕ ਨਾ ਮਾਨਿਓ ਤੈਂ ਬਚ ਮੇਰਾ। ਤੂੰ ਮੇਰੀ ਇੱਕ ਨਹੀਂ ਗੱਲ ਮੰਨੀ, ਤੈਨੂੰ ਮੈਂ ਕਿੰਨਾ ਆਖਿਆ, ਵੇਖੀ ਕਿਤੇ ਇਹਨਾਂ ਦੀ ਬੇਦ ਵੀ ਨਾ ਕਰੀ, ਤੂੰ ਮੇਰੀ ਇੱਕ ਤੇ ਗੱਲ ਮੰਨਦਾ। ਹਾਂਜੀ। ਕਰੁਣਾਹੀਨ ਕੁਸ਼ੀਲ ਕੋ ਡਾਲੀ, ਸੁੱਧ ਪਰਲੋਕ ਰਿਦਾ ਤਵ ਖਾਲੀ। ਤੇਰੇ ਹਿਰਦੇ 'ਚ ਰੱਤੀ ਭਰ ਪ੍ਰੇਮ ਨਹੀਂ ਹੈਗਾ, ਤੈਨੂੰ ਥੋੜਾ ਜਿਹਾ ਵੀ ਪ੍ਰੇਮ ਨਹੀਂ ਆਉਂਦਾ। ਤੇ ਨਾਲ ਆਖਿਆ ਤੂੰ ਲੱਗਦਾ ਪਰਲੋਕ ਦੀ ਖਬਰ ਤੋਂ ਖਾਲੀ ਹੈ, ਤੈਨੂੰ ਪਤਾ ਨਹੀਂ ਹੈ ਤੇਰੇ ਘਰ ਵਿੱਚ ਕੌਣ ਆਇਆ। ਹਾਂਜੀ। ਦਿਨ ਪ੍ਰਤ ਬਿਦਤ ਮਨ ਧਨ ਲੋਭਾ। ਤੈਨੂੰ ਤੇ ਮਾਇਆ ਨਾਲ ਹੀ ਪਿਆਰ ਹੈ ਬਸ। ਹਾਂਜੀ। ਸੁੱਤ ਸੁਸ਼ੀਲ ਕੀ ਲਖੈ ਨਾ ਸੋਭਾ, ਸੁੱਤ ਇਸ ਲੋਕਹਿ ਦੀਨ ਬਿਸਾਰੀ। ਤੂੰ ਇਸ ਲੋਕ ਦੇ ਸੁੱਖ ਤਾਂ ਚੇਤਾ ਕੀਤਾ, ਤੈਨੂੰ ਅੱਗੇ ਦਾ ਨਹੀਂ ਪਤਾ ਕੁਛ। ਹਾਂਜੀ। ਜਿਨ ਪਰਲੋਕ ਪਰ ਡੀਠ ਸੁਧਾਰੀ, ਅਸ ਸੁੱਤ ਉਚਿਤ ਨਾ ਤਵ ਘਰ ਮਾਹੀ, ਛਤਰੀ ਵਰਨ ਕਰਮ ਤਿਸ ਨਾਹੀ, ਕਲਪ ਬ੍ਰਿਸ਼ ਜਿਵ ਨਿਜ ਮੈਂ ਮਾਰੂ, ਜਿਉ ਸੰਭਕ ਤੇ ਮੁਕਤਾ ਚਾਰੂ। ਕਹਿੰਦੇ ਸੱਚ ਹੈ, ਗੁਰੂ ਨਾਨਕ ਨੂੰ ਤੇਰੇ ਘਰ ਆਉਣਾ ਹੀ ਨਹੀਂ ਸੀ ਚਾਹੀਦਾ। ਗੱਜ ਕੇ ਆਖੋ ਵਾਹਿਗੁਰੂ। ਕਿੰਨਾ ਅੰਦਰ ਬੈਰਾਗ ਆਇਆ ਹੋਏਗਾ ਵੀ ਤੇਰੇ ਘਰ ਆਉਣਾ ਹੀ ਨਹੀਂ ਸੀ ਚਾਹੀਦਾ, ਤੂੰ ਤੇ ਅਯੋਗ ਹੈ। ਕਹਿੰਦੇ ਅਯੋਗ ਹੈ, ਇਹ ਹੁਣ ਖੇਡ ਤਾਂ ਮਹਾਰਾਜ ਦੀ ਆਪਣੀ ਹੈ ਸਾਰੀ, ਤੂੰ ਅਯੋਗ ਹੈ, ਤੇਰੇ ਘਰ ਇਹਨਾਂ ਨੂੰ ਆਉਣਾ ਹੀ ਨਹੀਂ ਸੀ ਚਾਹੀਦਾ। ਹਾਂਜੀ। ਤਿਉਂ ਅਯੋਗ ਬਿਦ ਮੈਂ ਲਖ ਲੀਨੀ, ਈਸ਼ਵਰ ਕੀ ਗਤ ਪਰ ਹੈ ਨਾ ਚੀਨੀ, ਲੱਜਤ ਕਾਲੂ ਸਭਾ ਮਝਾਰਾ, ਪੁੰਨ ਬੁਲਾਰ ਸੋ ਬਚਨ ਉਚਾਰਾ। ਹੁਣ ਜਦੋਂ ਤਲਵੰਡੀ ਦੇ ਰਾਜੇ ਨੇ ਰਾਏ ਬੁਲਾਰ ਜਦੋਂ ਉਹਨਾਂ ਸਖਤੀ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨਾ, ਫਿਰ ਮੈਂ ਤਾਂ ਕਾਲੂ ਜੀ ਸ਼ਰਮਿੰਦੇ ਹੋਏ ਜੀ। ਤੇ ਹੈ ਤੇ ਵੀ ਧੰਤਾ ਹੀ ਧੰਨ ਧਾਨੀ ਨੇ, ਇਹ ਤਾਂ ਸਾਨੂੰ ਪੜਦਾ ਹੈ, ਬੜਾ ਵੱਡਾ ਖੇਡ ਹੀ ਹੈ ਬਸ। ਤੇ ਫਿਰ ਇਸ ਤਰ੍ਹਾਂ ਆਖਿਆ। ਹਾਂਜੀ। ਮੁਝ ਸੋ ਕਰਤ ਅਧਿਕ ਤੁਮ ਰੋਸੂ, ਹਿਰਦੇ ਵਿਚਾਰੋ ਕਿਹ ਕੋ ਦੋਸ਼ੂ। ਕਹਿੰਦੇ ਮੇਰਾ ਹੀ ਦੋਸ਼ ਵੇਖਦੇ ਰਹਿੰਦੇ ਹੋ ਹਰ ਵਕਤ, ਆਪਣੇ ਹਿਰਦੇ ਚ ਵਿਚਾਰ ਕਰੋ ਵੀ ਅਸਲ ਦੋਸ਼ੀ ਕੌਣ ਹੈ, ਤੁਹਾਨੂੰ ਹਰ ਵਕਤ ਮੈਂ ਹੀ ਦੋਸ਼ੀ ਲੱਗਦਾ। ਹਾਂਜੀ। ਬਨਜ ਹੇਤ ਘਰ ਤੇ ਦੀਏ ਦਰਬਾ, ਜਾਏ ਫਕੀਰਨ ਅਰਪਿਓ ਸਰਬਾ। ਮੈਂ ਪੈਸੇ ਦਿੱਤੇ ਸਨ ਵੀ ਜਾ ਕੇ ਵਪਾਰ ਕਰੋ, 20 ਰੁਪਈਏ ਬੜੀ ਵੱਡੀ ਕੀਮਤ ਸੀ ਉਸ ਸਮੇਂ, ਕੋਈ ਛੋਟੀ ਮੋਟੀ ਮਾਇਆ ਨਹੀਂ ਸੀ, ਲੱਖਾਂ ਵਰਗੇ ਆ ਅੱਜ, ਇਹ ਸਾਰੇ ਦੇ ਸਾਰੇ ਐਵੇਂ ਹੀ ਲੁਟਾ ਆਏ ਆ।
ਦੱਸੋ ਮੈਂ ਕੀ ਕਰਾਂ, ਤੁਹਾਨੂੰ ਮੇਰਾ ਹੀ ਦੋਸ਼ ਨਜ਼ਰ ਆਉਂਦਾ। ਕਹਿੰਦੇ ਇਸ ਤਰ੍ਹਾਂ ਸਾਧ ਸੰਗਤ ਦੀ ਗੱਲਾਂ ਕਰਦੇ ਆ, ਬਾਰ ਬਾਰ ਕਹਿੰਦੇ ਆ, ਤੇ ਅੱਗੋਂ ਰਾਏ ਬੁਲਾਰ ਸੁਣ ਕੇ ਕਹਿੰਦੇ ਆ ਤੂੰ ਨੀ ਸਮਝੇਗਾ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਧਨ ਤ੍ਰਿਸ਼ਨਾ ਕਾਲੂ ਔਰ ਤੇਰੇ, ਕਹਿੰਦੇ ਮੈਂ ਤਾਂ ਕਾਲੂ, ਤੂੰ ਧਨ ਵਿੱਚ ਹੀ ਫਸਿਆ ਰਹਿਣਾ, ਤੂੰ ਮਾਇਆ ਚ ਹੀ ਫਸਿਆ ਰਹਿਣਾ। ਇਨਕੋ ਖਰਚ ਲਿਓ ਘਰ ਮੇਰੇ, ਅਸ ਕਹਿ ਦਾਸ ਪਠਾ ਤਤਕਾਲਾ, ਜਹਿ ਰਾਨੀ ਖੋਖਰ ਮਦਸਾਲਾ। ਉੱਥੇ ਕਹਿੰਦੇ ਆ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਕਹਿੰਦੇ ਆ ਦੱਸ, 20 ਰੁਪਈਏ ਹੀ ਹੈ ਨਾ, ਸੇਵਕ ਨੂੰ ਕਹਿੰਦੇ ਲਿਆ 20 ਰੁਪਈਏ, ਰੱਖ ਇਹਦੇ ਹੱਥ ਤੇ, ਇਹ ਖੁਸ਼ ਹੋ ਜਾਏ। ਕਹਿੰਦੇ ਗੱਜ ਕੇ ਆਖੋ ਵਾਹਿਗੁਰੂ। ਤੁਰੰਤ ਨੌਕਰ ਨੂੰ ਭੇਜਿਆ ਜਿੱਥੇ ਖਜ਼ਾਨਾ ਪਿਆ ਹੁੰਦਾ ਸੀ, 20 ਰੁਪਏ ਵੱਡੀ ਰਕਮ ਸੀਗੀ, ਆਮ ਬੰਦਾ ਤੇ ਜੇਬ ਚ ਪਾ ਕੇ ਫਿਰਦਾ ਨਹੀਂ ਸੀ, ਖਜ਼ਾਨੇ ਚ ਭੇਜਿਆ ਵੀ ਲਿਆ ਕੇ ਦੋ ਪੈਸੇ। ਹਾਂਜੀ, 20 ਰਜਤਪਣ ਆਣ ਸੋ ਦੀਨੇ, ਲੀਨ ਨਿਰਪਤ ਨਿਜ ਪਾਨ ਪ੍ਰਬੀਨੇ। 20 ਰੁਪਈਏ ਨੌਕਰ ਨੇ ਲਿਆ ਕੇ ਰਾਏ ਬੁਲਾਰ ਜੀ ਦੇ ਹੱਥ ਤੇ ਰੱਖੇ, ਰਾਏ ਬੁਲਾਰ ਜੀ ਨੇ ਉਹ 20 ਰੁਪਈਏ ਆਪਣੇ ਹੱਥ ਚ ਫੜ ਲਏ। ਜਬ ਹੈ ਦੇਣ ਲਾਗਿਓ ਕਰ ਕਾਲੂ, ਹਵੈ ਕਹਿ ਬੋਲਿਓ ਲੱਜਤ ਬਿਸਾਲੂ। ਤੇ ਕਹਿਣ ਲੱਗੇ ਲੈ ਮੈਂ ਤਾਂ ਕਾਲੂ, ਅੱਜ ਤੋਂ ਬਾਅਦ ਜਿੰਨੇ ਪੈਸੇ ਖਰਚੇ ਇਹਨੂੰ ਕੁਛ ਨਹੀਂ ਕਹਿਣਾ, ਜਿੰਨੇ ਪੈਸੇ ਲੱਗਣਗੇ ਉਹ ਸਾਰੇ ਪੈਸੇ ਮੈਂ ਦਿਆ ਕਰਾਂਗਾ। ਕਹਿੰਦੇ ਪਰ ਇੱਕ ਗੱਲ ਚੇਤਾ ਰੱਖੀ, ਅੱਜ ਜਿਹੜੀ ਨਾਨਕ ਜੀ ਦੀ ਬੇਅਦਬੀ ਕਰਤੀ ਗਾਂ ਤੋਂ ਨਹੀਂ ਹੋਣੀ ਚਾਹੀਦੀ। ਕਹਿੰਦੇ ਮੈਨੂੰ ਲੱਗ ਗਿਆ ਪਤਾ, ਤੈਨੂੰ ਚਾਹੀਦਾ ਸਿਰਫ ਮਾਇਆ, ਪਰ ਅੱਜ ਤੋਂ ਬਾਅਦ ਇਹ ਪਰਮੇਸ਼ਰ ਦਾ ਰੂਪ ਨੇ ਨਾਨਕ ਜੀ, ਇਹਨਾਂ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ। ਹਾਂਜੀ, ਨਹੀਂ ਬਿਸੂਰਤ ਮੈਂ ਇਹ ਦਰਬਾ, ਕਰਤਾ ਸਦਾ ਕੁਕਾਰਜ ਸਰਬਾ। ਪਰ ਉਹ ਹੁਣ ਮੈਂ ਤਾਂ ਕਾਲੂ ਜੀ ਇਸ ਪਾਸੇ ਆਉਂਦੇ ਨਹੀਂ ਪਿਆਰਿਓ। ਉਹ ਕਹਿੰਦੇ ਜੀ ਮੈਂ ਨਹੀਂ ਇਹ 20 ਰੁਪਏ ਲੈਣੇ, ਇਹ ਹਮੇਸ਼ਾ ਹੀ ਇਸ ਤਰ੍ਹਾਂ ਕਰਦੇ, ਤੁਸੀਂ ਕਿੰਨੀ ਕੁ ਵਾਰੀ ਇੰਝ ਕਰਦੇ ਰਹੋਗੇ, ਤੁਸੀਂ ਕਿੰਨਾ ਕੁ ਨੁਕਸਾਨ ਭਰੋਗੇ। ਰਾਏ ਬੁਲਾਰ ਕਹਿੰਦਾ ਜਿੰਨਾ ਇਹ ਕਰਨਗੇ ਉਨਾ ਮੈਂ ਭਰਾਂਗਾ, ਇਹ ਨੁਕਸਾਨ ਨਹੀਂ ਕਰਦੇ, ਇਹ ਤਾਂ ਭਲਾ ਕਰਦੇ ਹੈ। ਅੱਗੋਂ ਬਚਨ ਹੋਰ ਬੜੇ ਹੁੰਦੇ ਆ, ਪਰ ਅੱਜ ਲਈ ਇੰਨਾ ਕੀ ਬਹੁਤ ਹੈ। ਸੱਚੇ ਪਾਤਸ਼ਾਹ ਮਿਹਰ ਕਰਨ, ਸੱਚ ਹੈ ਵੀ ਦਾਸ ਇਹੋ ਜਿਹੇ ਪ੍ਰਸੰਗ, ਕਿਉਂਕਿ ਭਾਈ ਸਾਹਿਬ ਨੇ ਲਿਖੇ ਆ, ਉਹਨਾਂ ਦੀ ਡਿਊਟੀ ਹੈ, ਉਹਨਾਂ ਸਾਰਾ ਕੁਝ ਲਿਖਣਾ ਹੈ। ਮੇਰੀ ਆਪਣੀ ਨਿੱਜੀ ਇੱਛਾ ਹੁੰਦੀ ਹੈ, ਡਰ ਆਉਂਦਾ ਇਹੋ ਜਿਹੇ ਪ੍ਰਸੰਗ ਦੀ ਕਥਾ ਕਰਨ ਲੱਗਿਆਂ, ਕਿਉਂਕਿ ਇਹ ਜ਼ੁਬਾਨ ਮਹਾਰਾਜ ਦੀ ਸਿਫਤ ਕਰੇ ਤਾਂ ਚੰਗਾ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਿਰਪਾ ਕਰਨ, 20 ਰੁਪਈਏ ਨਹੀਂ ਰਹੇ। ਕਹਿੰਦੇ ਤੁਸੀਂ ਕਿੰਨੀ ਕੁ ਵਾਰੀ ਦਓਗੇ। ਰਾਏ ਬੁਲਾਰ ਕਹਿੰਦਾ ਜਿੰਨੀ ਵਾਰੀ ਇਹ ਕੁਝ ਕਰਨਗੇ ਮੈਂ ਉਨੀ ਵਾਰੀ ਦਿਆਂਗਾ। ਆਖਿਆ ਜੀ ਇਹ ਤੇ ਕਰਦੇ ਹੀ ਇੰਜ ਹੈ। ਤੇ ਰਾਏ ਬੁਲਾਰ ਕਹਿਣ ਲੱਗਾ ਜਿਹੜਾ ਖਜ਼ਾਨੇ ਚ ਖਜ਼ਾਨਾ ਪਿਆ ਹੈ ਨਾ, ਜੇ ਤੂੰ ਆਖੇ ਮੈਂ ਸਾਰਾ ਗੁਰੂ ਨਾਨਕ ਦੇ ਸਿਰ ਤੋਂ ਵਾਰ ਕੇ ਤੈਨੂੰ ਫੜਾ ਦੇਣਾ ਹੈ। ਸਤ ਸ੍ਰੀ ਅਕਾਲ। ਮੇਰਾ ਜਿੰਨਾ ਖਜ਼ਾਨਾ ਹੈ ਉਹ ਸਾਰੇ ਦਾ ਸਾਰਾ ਇਹਨਾਂ ਦੇ ਸਿਰ ਤੋਂ ਵਾਰ ਕੇ ਤੈਨੂੰ ਫੜਾ ਦੇਣਾ, ਤੂੰ ਖੁਸ਼ ਹੋ ਜਾ, ਪਰ ਇਹਨਾਂ ਨੂੰ ਨਹੀਂ ਕੁਛ ਕਹਿਣਾ। ਪਿਆਰਿਓ ਕਿੰਨਾ ਪਿਆਰ ਹੋਏਗਾ, ਕਿੰਨਾ ਪਿਆਰ ਹੋਏਗਾ। ਇਹ ਆਮ ਕਿਤੇ ਭੋਲੇ ਭਾਲੇ ਬੱਚੇ ਨੂੰ ਵੇਖ ਕੇ ਪਿਆਰ ਨਹੀਂ ਆਇਆ, ਪਿਆਰਿਓ ਇਹ ਜੁੱਗਾਂ ਜੁੱਗਾਂ ਦਾ ਪਿਆਰ ਹੈ, ਜੁੱਗਾਂ ਜੁੱਗਾਂ ਦਾ ਪਿਆਰ ਹੈ। ਜਿਹੜਾ ਰਾਏ ਬੁਲਾਰ ਭਗਤੀ ਕਰਦਿਆਂ ਮਹਾਰਾਜ ਸੱਚੇ ਪਾਤਸ਼ਾਹ ਕੋ ਪ੍ਰੇਮਾ ਭਗਤੀ ਦੀ ਦਾਤ ਮੰਗੀ ਸੀ, ਪਿਆਰਿਓ ਉਹ ਪ੍ਰਫੁੱਲਤ ਹੋਈ ਹੈ। ਇੰਨਾ ਪਿਆਰ ਇੱਥੋਂ ਤੱਕ ਕਹਿੰਦੇ ਕਹਿ ਦਿੱਤਾ ਸੀਗਾ ਤੂੰ ਤਲਵੰਡੀ ਦਾ ਰਾਜਾ ਬਣ ਜਾ, ਤੇਰੇ ਕੋਲ ਮਾਇਆ ਦੀ ਕੋਈ ਕਮੀ ਨਹੀਂ ਰਹੇਗੀ, ਤੂੰ ਰਾਜ ਗੱਦੀ ਸਾਂਭ ਲੈ,
पर यह काम नहीं करना जो तू अज किया है। हुण इहदे तों अगे जिहड़ी कथा है कल दे दीवाना विच सरवण करांगे। आओ प्यार नाल महाराज जी दे जस विच अपना हिरदा परोईए। सारी संगत गज के कहो धन धन सतगुरु हमारा, 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 धन धन हमारा। सच्चे पातशाह महाराज धनता योग हन, धनता योग धन ने, धन ने यह सच्चा सौदा करण हित सच्चे पातशाह ने यह सारा कुछ सिया है। नहीं तो महाराज सच्चे पातशाह आप परमेश्वर ने वेखो जिथे आपां कहांगे कई कह देंदे जी शरीर नाल जुड़े है, शरीर दी बात करी जांदे है, पर साध संगत जी जिथे महाराज सच्चे पातशाह जी दे शरीर दी महिमा है ना उथे शरीर दी महिमा है। आ राय बुलार नूं इन्ना बैराग कादा आया है, ये महाराज सच्चे पातशाह जी दे मुखड़े दे दर्शन करके ही आया है ना। भावना जुड़ी हुंदी है, श्रद्धा जुड़ी हुंदी है। इस तरह धन श्री गुरु ग्रंथ साहिब सच्चे पातशाह गरीब नवाज प्रगट गुरां की देह हन, शरीर रूप हन सच्चे पातशाह देह रूप हन, होईयां बेअंत प्रकार दीयां भुल्लां चुकां दी खिमा बख्शिश करनी। सब नूं जी आयां नूं दोवें हथ जोड़ के गज के सारी संगत फतेह बुलाओ जी। वाहेगुरु जी का खालसा, वाहे गुरु जी की फतेह।